ਇਸ 1-to-1 ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਹੜੀ ਦਿੱਲੀ 'ਚ ਅਤੇ ਹੋਰ ਥਾਵਾਂ 'ਤੇ 1984 'ਚ ਸਿੱਖਾਂ ਖਿਲਾਫ਼ ਹਿੰਸਾ ਹੋਈ ਸੀ, ਉਸ ਉੱਪਰ ਕਈ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ। ਹਰ ਕਿਤਾਬ 'ਚ ਕੁਝ ਨਾ ਕੁਝ ਨਵੀਂ ਗੱਲ ਨਿਕਲ ਕੇ ਆਉਂਦੀ ਹੈ। ਇਸੇ ਤਰ੍ਹਾਂ ਸੀਨੀਅਰ ਜਰਨਲਿਸਟ ਅਤੇ ਲੇਖਕ ਸੰਜੇ ਸੂਰੀ ਨੇ ਵੀ ਇਸ ਦਰਦਨਾਕ ਹਾਦਸੇ ਬਾਰੇ ਆਪਣੀ ਕਿਤਾਬ 'ਚ ਕਈ ਨਵੇਂ ਖੁਲਾਸੇ ਕੀਤੇ ਨੇ। ਇਸ ਕਿਤਾਬ 'ਚ ਉਹਨਾਂ ਨੇ ਆਪਣੀ ਅੱਖੀਂ ਦੇਖੀ ਦਾਸਤਾਨ ਬਿਆਨ ਕੀਤੀ ਹੈ। ਅੱਜ ਅਸੀਂ ਉਹਨਾਂ ਨਾਲ ਇਸ 31 ਸਾਲ ਪਹਿਲੋਂ ਵਾਕਿਆ ਬਾਰੇ ਗੱਲ ਕਰਨ ਜਾ ਰਹੇ ਹਾਂ। ਸੰਜੇ ਸੂਰੀ, ਤੁਹਾਡਾ ਇਸ ਸ਼ੋਅ ਦੇ ਵਿੱਚ ਸਵਾਗਤ ਹੈ। ਮੈਨੂੰ ਯਾਦ ਆ 1984 'ਚ ਆਪਾਂ ਦੋਵੇਂ ਇੰਡੀਅਨ ਐਕਸਪ੍ਰੈਸ 'ਚ ਕੰਮ ਕਰਦੇ ਸੀ, ਪੰਜਾਬ 'ਚ ਕੁਝ ਇਕੱਠਾ ਆਪਾਂ ਕੰਮ ਵੀ ਕੀਤਾ। ਯੈਸ। ਉਸ ਤੋਂ ਬਾਅਦ ਜਦੋਂ ਦਿੱਲੀ ਦੇ ਵਿੱਚ ਮਿਸਿਸ ਗਾਂਧੀ ਦਾ ਕਤਲ ਹੋਇਆ, ਉਸ ਤੋਂ ਬਾਅਦ ਜਿਹੜੀ ਸਿੱਖਾਂ ਦੇ ਖਿਲਾਫ਼ ਇੱਕ ਔਰਗਨਾਈਜ਼ ਤਰੀਕੇ ਨਾਲ ਜਿਹੜੀ ਹਿੰਸਾ ਹੋਈ ਆ, ਉਹ ਤੁਸੀਂ ਸਭ ਕੁਝ ਆਪ ਵੇਖਿਆ, ਉਹਦਾ ਸੀਕੁਐਂਸ ਆਫ ਈਵੈਂਟਸ ਦੱਸੋਗੇ ਵੀ ਕੀ ਕੁਝ ਹੋਇਆ, ਕਿਵੇਂ ਹੋਇਆ? ਦੇਖੋ ਜੀ, ਅਸੈਸੀਨੇਸ਼ਨ ਦੀ ਪਹਿਲਾਂ ਗੱਲ ਕਰੀਏ, 31 ਅਕਤੂਬਰ ਨੂੰ ਮੈਂ ਸਵੇਰੇ ਘਰ ਬੈਠਿਆ ਸੀਗਾ ਅਤੇ ਇੱਕ ਪੁਲਿਸ ਔਫਿਸਰ ਦਾ ਜਿਹੜਾ ਮੇਰਾ ਵਾਕਫ ਸੀਗਾ ਉਹਦਾ ਫੋਨ ਆਇਆ, ਕਹਿੰਦਾ ਪਤਰਕਾਰ ਇੰਦਰ ਨੂੰ ਗੋਲੀ ਵੱਜੀ ਹੈ। ਅਤੇ ਉਹ ਸਾਰਾ ਦਿਨ ਲੰਘਿਆ ਰਿਪੋਰਟ ਗੈਦਰ ਕਰਨ ਵਿੱਚ ਕਿ ਕਿਵੇਂ ਅਸੈਸੀਨੇਸ਼ਨ ਹੋਈ, ਕੀ ਹੋਇਆ, ਕੀ ਨਹੀਂ ਹੋਇਆ। ਖਾਸ ਗੱਲ ਇਹ ਹੈ ਕਿ ਉਹ ਸਾਰਾ ਦਿਨ, ਉਹ ਕਰੀਬ 12-1 ਵਜੇ ਸਭ ਨੂੰ ਪਤਾ ਚੱਲ ਗਿਆ ਸੀ ਕੀ ਹੋਇਆ। ਸਾਰਾ ਦਿਨ, ਸਾਰੀ ਸ਼ਾਮ ਤੱਕ ਕੁਛ ਨਹੀਂ ਹੋਇਆ। ਨਵੀਂ ਨਵੀਂ ਖਬਰ ਆਈ ਸੀ ਸਿੱਖਾਂ 'ਤੇ ਕੋਈ ਅਟੈਕ ਨਹੀਂ ਹੋਇਆ। ਅਸੀਂ ਜਾਣਦੇ ਹਾਂ ਕਿ ਸ਼ਾਮੀ ਮੈਡੀਕਲ ਇੰਸਟੀਚਿਊਟ ਦੇ ਅੱਗੇ ਜਦ ਗਿਆਨੀ ਜ਼ੈਲ ਸਿੰਘ ਜੀ ਆਏ, ਉਹਨਾਂ ਦੀ ਕਾਰ ਨੂੰ ਅਟੈਕ ਕੀਤਾ ਸੀਗਾ। ਲੇਕਿਨ ਉਸ ਤੋਂ ਬਾਅਦ ਵੀ ਕੋਈ ਬਾਕੀ ਹਿੱਸਿਆਂ ਵਿੱਚ, ਸ਼ਹਿਰ ਵਿੱਚ ਕੁਛ ਨਹੀਂ ਹੋਇਆ, ਮੁਲਕ ਵਿੱਚ ਵੀ ਕੁਛ ਨਹੀਂ ਹੋਇਆ ਜੀ। ਉੱਥੇ ਦੇਖਣ ਦੀ ਗੱਲ ਹੈ ਕਿ 31 ਅਕਤੂਬਰ ਸ਼ਾਮੀ ਜਿਹੜਾ ਉੱਥੇ ਜਲਸਾ ਜਿਹਾ ਹੋਇਆ ਮੈਡੀਕਲ ਇੰਸਟੀਚਿਊਟ ਦੇ ਅੱਗੇ, ਜਿਹੜੀ ਭੀੜ ਇਕੱਠੀ ਹੋਈ ਹੈ, ਇਹ ਮੇਨਲੀ ਕਾਂਗਰਸ ਦੇ ਪਾਰਟੀ ਵਰਕਰ ਸੀਗੇ, ਜੋ ਕਿ ਦੁਪਹਿਰ ਤੋਂ ਬਾਕੀ ਦੁਨੀਆ ਆਪਣੇ ਕੰਮ ਕਰਦੀ ਸੀਗੀ, ਵਰਕਿੰਗ ਡੇ ਸੀਗਾ, ਅਤੇ ਉਹ ਪਾਰਟੀ ਦੇ ਲੋਕ ਇਕੱਠੇ ਹੋਏ। ਉਸ ਤੋਂ ਬਾਅਦ ਜਿਹੜੇ 12-13 ਗੁਰਦੁਆਰਿਆਂ 'ਤੇ ਅਟੈਕ ਹੋਇਆ, ਉਹ ਉਸੇ ਮੋਬ ਨੇ ਕੀਤਾ ਜਿਹੜਾ ਮੈਡੀਕਲ ਇੰਸਟੀਚਿਊਟ 'ਤੇ ਸੀਗਾ, ਸਾਊਥ ਐਕਸਟੈਂਸ਼ਨ ਡਿਫੈਂਸ ਕਲੋਨੀ, ਇਹਨਾਂ ਗੁਰਦੁਆਰਿਆਂ 'ਤੇ ਅਟੈਕ ਹੋਇਆ। ਜਿਸ ਤਰ੍ਹਾਂ ਉਹ ਉੱਥੋਂ ਬਾਹਰ ਗਏ ਨੇ, ਉਹ ਅਟੈਕ ਕਰਦੇ ਗਏ ਨੇ। ਤੁਸੀਂ ਉਹ ਲੋਕਾਂ ਨੂੰ ਪਛਾਣਿਆ ਵੀ ਉਹੀ ਬੰਦੇ ਉੱਥੇ ਸੀ ਅਤੇ ਉਹੀ ਬਾਅਦ 'ਚ ਗੁਰਦੁਆਰਿਆਂ ਦੇ ਬਾਹਰ ਸੀ? ਦੇਖੀਏ, ਉਹ ਬੰਦਿਆਂ ਨੂੰ ਮੈਂ ਨਹੀਂ ਪਛਾਣਿਆ, ਲੇਕਿਨ ਇਹ ਫੈਕਟ ਹੈ, ਜਿਹੜੇ ਬੰਦੇ ਉੱਥੇ ਇਕੱਠੇ ਹੋ ਗਏ ਸੀ ਅਤੇ ਪੁਲਿਸ ਦੇ ਡਾਕੂਮੈਂਟਡ ਹੈ, ਜਿਹੜੇ ਬੰਦੇ ਇਕੱਠੇ ਸੀਗੇ, ਉਹ ਉੱਥੋਂ ਬਾਹਰ ਗਏ ਨੇ ਅਤੇ ਅਟੈਕ ਕੀਤਾ 12-13 ਗੁਰਦੁਆਰਿਆਂ ਨੂੰ, ਔਰ ਬਾਕੀ ਸ਼ਹਿਰ ਵਿੱਚ ਕੁਛ ਨਹੀਂ ਹੋਇਆ। ਇੱਕ ਇਸ ਜੋ ਉਸ ਤੋਂ ਬਾਅਦ ਹੋਇਆ, ਉਹਦੇ ਕਈ ਨਾਂ ਦਿੱਤੇ ਗਏ ਆ। ਕੋਈ ਲੋਕ ਆਉਂਦੇ ਵੀ ਇਹ ਦੰਗੇ ਸੀਗੇ, ਕੋਈ ਆਉਂਦੇ ਵੀ ਇਹ ਹਿੰਸਾ ਹੋਈ ਆ, ਕੁਝ ਆਉਂਦੇ ਆ ਵੀ ਇਹ ਮੈਸੇਕਰ ਸੀ। ਦੰਗੇ ਨਹੀਂ ਸੀ, ਇਹ ਰਾਇਟ ਨਹੀਂ ਸੀਗੇ, ਇਹ ਕਿਲਿੰਗ ਸੀਗੀ, ਇਹ ਕਤਲ ਸੀਗੇ, ਔਰ ਇਹ ਔਰਗਨਾਈਜ਼ ਕਤਲ ਸੀਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਮੇਰੀ ਕਿਤਾਬ ਵਿੱਚ ਕਾਫੀ ਮੈਂ ਡਾਕੂਮੈਂਟੇਸ਼ਨ ਇਕੱਠੀ ਕੀਤੀ ਹੈ, ਜੋ ਮੈਂ ਆਪੇ ਵੇਖਿਆ ਹੈ, ਜੇ ਪੁਲਿਸ ਰਿਕਾਰਡ ਦੇ ਬੇਸ ਹੈ, ਜਿਹੜੀ ਇਨਕੁਆਇਰੀ ਕਮਿਸ਼ਨ ਰਿਪੋਰਟ ਦੇ ਬੇਸ ਹੈ, ਅਤੇ ਪੁਲਿਸ ਅਫਸਰਾਂ ਦੇ ਨਾਲ ਇੰਟਰਵਿਊਸ ਦੇ ਬੇਸ ਹੈ, ਜੋ ਇੰਟਰਵਿਊਸ ਅੱਜ ਤੱਕ ਸਾਹਮਣੇ ਨਹੀਂ ਆਈਆਂ ਨੇ। ਸਭ ਤੋਂ ਪਹਿਲਾਂ ਕੀ ਦੇਖਿਆ ਤੁਸੀਂ ਸੰਜੇ? 1 ਨਵੰਬਰ ਸਵੇਰੇ ਮੈਂ ਪਹਿਲਾਂ ਦੇਖਿਆ ਟੈਲੀਵਿਜ਼ਨ ਔਨ ਕਰਕੇ ਦੇਖਿਆ, ਦੂਰਦਰਸ਼ਨ ਇਹ ਕੋਈ ਚੈਨਲ ਸੀਗਾ ਜਾਂ ਸਰਕਾਰੀ ਜੀ, ਉੱਥੇ ਲਾਈਵ ਕਵਰੇਜ ਆ ਰਹੀ ਸੀਗੀ 3 ਮੂਰਤੀ ਭਵਨ ਤੋਂ, ਜਿੱਥੇ ਇੰਦਰਾ ਗਾਂਧੀ ਦੀ ਬੋਡੀ ਰੱਖੀ ਗਈ ਸੀ, ਅਤੇ ਬੰਦੇ ਕਹਿ ਰਹੇ ਸੀ ਖੂਨ ਕਾ ਬਦਲਾ ਖੂਨ ਸੇ ਲੇਂਗੇ, ਬਾਰ ਬਾਰ। ਫਿਰ ਮੈਂ ਕਿਹਾ ਸ਼ਹਿਰ ਵਿੱਚ ਪਤਾ ਕਰੀਏ ਕੀ ਹੋ ਰਿਹਾ। ਮੈਂ ਬਾਹਰ ਨਿਕਲਿਆ ਘਰੋਂ, ਸਾਊਥ ਦਿੱਲੀ ਮਾਲਵੇ ਨਗਰ ਰਹਿੰਦਾ ਸੀਗਾ, ਮੈਂ ਵੇਖਿਆ ਆਸਮਾਨ 'ਤੇ
ਕੋਲਮਸ ਆਫ ਸਮੋਕ, ਕਾਲਾ ਕਾਲਾ ਧੂੰਆਂ, ਅੱਗਾਂ ਲੱਗੀਆਂ ਹੋਈਆਂ ਸ਼ਹਿਰ ਵਿੱਚ, ਧੂੰਆਂ ਉੱਥੇ ਉੱਠ ਰਿਹਾ ਐਵੇਂ ਜਿਵੇਂ ਕੋਈ ਏਰੀਅਲ ਬੋਮਬਿੰਗ ਹੋ ਗਈ ਹੈ ਦਿੱਲੀ ਦੀ, ਕਿਸੇ ਨੇ ਬੋਮਬਿੰਗ ਕਰਤੀ ਹੈ। ਅਤੇ ਮੈਂ ਪੁਲਿਸ ਨੂੰ ਫੋਨ ਕੀਤਾ ਹੈੱਡਕੁਆਰਟਰ, ਕੋਈ ਜਵਾਬ ਨਹੀਂ ਆਇਆ, ਉਹਨਾਂ ਨੂੰ ਕੁਛ ਕੋਈ ਜਾਣਕਾਰੀ ਨਹੀਂ ਮਿਲੀ ਕਿ ਕੀ ਹੋ ਰਿਹਾ ਕੀ ਨਹੀਂ। ਅਤੇ ਮੈਂ ਸਕੂਟਰ ਲੈ ਕੇ ਸਭ ਤੋਂ ਵੱਡੇ ਜਿਹੜਾ ਸਭ ਤੋਂ ਥਿੱਕ ਜਿਹੜਾ ਸੀਗਾ ਨਾ ਧੂੰਏ ਦਾ ਕੋਲਮ, ਉਸ ਵੱਲ ਵਧਿਆ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪਹੁੰਚਿਆ ਵਸੰਤ ਵਿਹਾਰ, ਉਹਨੇ ਸਕੂਲ ਸਾੜਤਾ ਸੀਗਾ, ਲਾਇਬ੍ਰੇਰੀ ਨੂੰ ਅੱਗ ਲਾਤੀ। ਉਸ ਤੋਂ ਬਾਅਦ ਮੈਂ ਨਾਲੇ ਉਹਦੇ ਪੁਲਿਸ ਸਟੇਸ਼ਨ ਗਿਆ ਅਤੇ ਸਾਰੇ ਪੁਲਿਸ ਵਾਲੇ ਉੱਥੇ ਬੈਠੇ ਹੋਏ, ਕੁਛ ਨਹੀਂ ਕਰ ਰਹੇ। ਮੈਂ ਕਿਹਾ ਉਹਨਾਂ ਨੂੰ, ਕੋਈ ਸਬ ਇੰਸਪੈਕਟਰ ਮਿਲਿਆ, ਮੈਂ ਕਿਹਾ ਦੇਖੋ ਸਾਹਮਣੇ ਅੱਗ ਲੱਗੀ ਹੋਈ ਹੈ। ਉਹਨੇ ਹਾਂ ਠੀਕ ਹੈ ਠੀਕ ਹੈ। ਉਹਨਾਂ ਦੇ ਸਾਹਮਣੇ ਇੱਕ ਕ੍ਰਾਈਮ ਹੋਇਆ ਹੈ ਔਰ ਹੋ ਰਿਹਾ ਹੈ ਔਰ ਉਹ ਥਾਣੇ ਤੋਂ ਹਿੱਲ ਨਹੀਂ ਰਹੇ। ਮੈਂ ਕਹਿੰਦਾ ਇਹ ਲਾਪਰਵਾਹੀ ਨਹੀਂ, ਕੇਅਰਲੈਸਨੈਸ ਨਹੀਂ, ਫੇਲੀਅਰ ਨਹੀਂ, ਇਹ ਕ੍ਰਿਮੀਨਲ ਫੇਲੀਅਰ ਹੈਗਾ ਹੈ। ਸੈਕਸ਼ਨ 119 ਆਫ ਇੰਡੀਅਨ ਪੀਨਲ ਕੋਡ ਸਾਫ਼ ਕਹਿੰਦਾ ਹੈ, ਤੁਸੀਂ ਅਤੇ ਮੈਂ ਕਿਤੇ ਕ੍ਰਾਈਮ ਵੇਖੀਏ ਨਾ, ਅਸੀਂ ਕੁਛ ਨਾ ਕਰੀਏ ਤਾਂ ਬਹੁਤ ਬੁਰੀ ਗੱਲ। ਜੇ ਤੁਸੀਂ ਔਰ ਮੈਂ ਪੁਲਿਸ ਆਫਿਸਰ ਹੈ ਤਾਂ ਕੁਛ ਨਾ ਕਰੀਏ ਤਾਂ ਸਾਡਾ ਫੇਲੀਅਰ ਕ੍ਰਿਮੀਨਲ ਹੈ। ਬਿਲਕੁਲ, ਵੀ ਕੈਨ ਬੀ ਅਰੈਸਟਿਡ, ਨੋਟ ਓਨਲੀ ਵੀ ਕੈਨ ਬੀ ਅਰੈਸਟਿਡ, ਲਾਅ ਕਹਿੰਦਾ ਕਿ ਜ਼ਰੂਰੀ ਹੈ ਕਿ ਸਾਨੂੰ ਸਾਡਾ ਅਰੈਸਟ ਹੋਏ ਅਤੇ ਸਾਡੀ ਪ੍ਰੋਸੀਕਿਊਸ਼ਨ ਹੋਏ, ਕਿਉਂ ਕ੍ਰਿਮੀਨਲ ਫੇਲੀਅਰ ਵਰਦੀ ਦੀ ਇੱਕ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ, ਕਾਨੂੰਨ ਜ਼ਿੰਮੇਵਾਰੀ ਹੈ ਔਰ ਜ਼ਿੰਮੇਵਾਰੀ ਨਾ ਨਿਭਾਉਣਾ ਇੱਕ ਕ੍ਰਾਈਮ ਹੈਗਾ ਜੋ ਪਨਿਸ਼ੇਬਲ ਹੈਗਾ ਅਨਸਪੈਸੀਫਾਈਡ ਹੈਗਾ। ਅਗਰ ਜੋ ਅਸੀਂ ਵੇਖ ਰਹੇ ਹਾਂ ਉਹਦੀ ਸਜ਼ਾ ਕਿਸੇ ਨੂੰ 10 ਸਾਲ ਦੀ ਹੈ ਜੀ ਉਸ ਕ੍ਰਾਈਮ ਦੀ, ਅਤੇ ਤੁਸੀਂ ਔਰ ਮੈਂ ਪੁਲਿਸ ਆਫਿਸਰ ਹੋਣ ਦੇ ਨਾਤੇ ਕੁਛ ਨਾ ਕਰੀਏ ਜਾਣਦੇ ਹੋਏ, ਅਤੇ ਉਸੇ ਕ੍ਰਾਈਮ ਦੀ ਸਾਨੂੰ ਸਜ਼ਾ 5 ਸਾਲ ਹੈ, ਇਸ ਰਿਟਨ ਇਨ ਲਾਅ, ਅਤੇ ਇਹ ਕਦੇ ਇੰਪਲੀਮੈਂਟ ਨਹੀਂ ਹੋਇਆ। ਸੰਜੇ 1984 'ਚ ਜਿਹੜੀ ਹਿੰਸਾ ਹੋਈ ਹੈ, ਕਤਲ ਹੋਈ ਜਿਹੜਾ ਤੁਸੀਂ ਕਿਹਾ ਵਾ, ਇਹਨਾਂ 'ਤੇ ਬਹੁਤ ਸਾਰੀਆਂ ਕਿਤਾਬਾਂ ਆਈਆਂ। ਇੱਕ ਹਰਵਿੰਦਰ ਫੁਲਕਾ ਔਰ ਮਨੋਜ ਮਹਿਤਾ ਨੇ ਵੀ ਕਿਤਾਬ ਲਿਖੀ ਆ, ਤੁਹਾਡੀ ਕਿਤਾਬ 'ਚ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਹੁਣ ਤੱਕ ਬਾਹਰ ਨਹੀਂ ਸੀ ਆਈ? ਦੇਖੋ ਜੀ, ਫੁਲਕਾ ਔਰ ਮਨੋਜ ਮਹਿਤਾ ਦੀ ਕਿਤਾਬ ਬਹੁਤ ਅਹਿਮ ਕਿਤਾਬ ਹੈਗੀ, ਕਿਉਂਕਿ ਫੁਲਕਾ ਜੀ ਨੇ ਆਲਮੋਸਟ ਸਿੰਗਲ ਹੈਂਡਡਲੀ ਕੋਸ਼ਿਸ਼ ਕੀਤੀ ਹੈ 30 ਸਾਲਾਂ ਤੋਂ ਕਿ ਕੋਈ ਜਸਟਿਸ ਮਿਲੇ। ਲੇਕਿਨ ਉਹ ਜਿਹੜੀ ਕਿਤਾਬ ਹੈ ਬਹੁਤ ਇੰਪੋਰਟੈਂਟ, ਮੋੜੀ ਮਹੱਤਵਪੂਰਨ ਕਿਤਾਬ ਹੈਗੀ ਹੈ ਜਿਹੜੀ ਕਿ ਜਸਟਿਸ ਦੇ ਇਸ਼ੂ ਨੂੰ ਲੈਂਦੀ ਹੈ, ਲੇਕਿਨ ਉਹ ਆਈ ਵਿਟਨੈਸ ਅਕਾਊਂਟ ਨਹੀਂ ਹੈਗਾ। ਫੁਲਕਾ ਜੀ ਅਤੇ ਮਿੱਤਾ ਆਈ ਵਿਟਨੈਸ ਨਹੀਂ ਸੀਗੇ ਉਸ ਅਟੈਕਸ ਨੇ ਜਿਹੜੀ ਕਿਲਿੰਗ ਹੋਈ ਹੈ। ਤਾਂ ਇਹ ਪਹਿਲੀ ਕਿਤਾਬ ਹੈ ਜਿਹੜੀ ਆਈ ਵਿਟਨੈਸ ਅਕਾਊਂਟਸ ਹੈਗੇ ਨੇ। ਦੂਜਾ, ਇਹ ਪਹਿਲੀ ਕਿਤਾਬ ਹੈ ਜਿਹੜੀ ਆਈ ਵਿਟਨੈਸ ਅਕਾਊਂਟਸ ਜਿਹੜੇ ਵਾਇਲੈਂਸ ਜੋ ਮੈਂ ਆਪੇ ਵੇਖਿਆ ਹੈ ਉਸ ਉਹਨੂੰ ਲਾਅ ਨਾਲ ਰਿਲੇਟ ਕਰਦੀ ਹੈ ਕਿ ਬਹੁਤ ਬੁਰਾ ਹੋਇਆ, ਇਹ ਕਹਿਣਾ ਕਾਫੀ ਨਹੀਂ ਹੈ, ਲਾਅ ਕੀ ਕਹਿੰਦਾ ਹੈ। ਉਹਨ ਇਵੈਂਟਸ, ਉਹਨ ਘਟਨਾਵਾਂ ਨੂੰ ਲਾਅ ਦੇ ਨਾਲ ਰਿਲੇਟ ਕਰਦੀ ਹੈ ਔਰ ਜਿਹੜੇ ਫਰੰਟ ਲਾਈਨ ਪੁਲਿਸ ਆਫਿਸਰ ਸੀਗੇ ਜਿਨ੍ਹਾਂ ਨੇ ਬਹੁਤ ਕੁਝ ਵੇਖਿਆ ਔਰ ਝੇਲਿਆ ਔਰ ਸਾਹਮਣਾ ਕੀਤਾ, ਬਹੁਤ ਘੱਟ ਸੀਗੇ ਲੇਕਿਨ ਕੁਛ ਸੀਗੇ, ਉਹਨਾਂ ਦੀ ਇੰਟਰਵਿਊਜ਼ ਇਹਦੇ ਵਿੱਚ ਹੈਗੀਆਂ ਨੇ। ਅੱਜ ਤੱਕ ਉਹਨਾਂ ਨੇ ਕੁਛ ਨਹੀਂ ਕਿਹਾ ਜੋ ਮੈਨੂੰ ਦੱਸਿਆ ਹੈ, ਅਤੇ ਸਭ ਕੁਛ ਜਿਹੜਾ ਹੈਗਾ ਇੱਕ ਥਾਂ 'ਤੇ ਮੈਂ ਇਕੱਠਾ ਕੀਤਾ ਹੈ ਔਰ ਇੱਕ ਵਾਰੀ ਇਕੱਠਾ ਕੀਤਾ। ਸ਼ੁਰੂ ਵਿੱਚ ਮੈਨੂੰ ਕੋਈ ਖਿਆਲ ਨਹੀਂ ਸੀਗਾ ਕਿ ਟੋਟਲ ਪਿਕਚਰ ਕੀ ਬਣੇਗੀ। ਟੋਟਲ ਪਿਕਚਰ ਇੱਕ ਬੜੀ ਸਾਫ਼ ਬਣਦੀ ਹੈ, ਭਾਵੇਂ ਕੋਈ ਪੁਲਿਸ ਆਫਿਸਰ ਕਹਿ ਰਿਹਾ, ਭਾਵੇਂ ਵਿਕਟਿਮ ਕਹਿ ਰਿਹਾ ਹੈ, ਜਾਂ ਕੋਈ ਵਕੀਲ ਕਹਿ ਰਹੇ ਨੇ, ਜਾਂ ਜੋ ਮੈਂ ਵੇਖਿਆ ਆਪੇ, ਸਾਰੇ ਪੁਆਇੰਟ ਕਰਦੇ ਨੇ ਕਿ ਇਹਨਾਂ ਦੇ ਪਿੱਛੇ ਕਾਂਗਰਸ ਆਈ ਪਾਰਟੀ ਦਾ ਸਾਫ਼ ਹੱਥ ਹੈ ਲਗਾਤਾਰ ਪੂਰੀ ਤਰ੍ਹਾਂ ਸੇ। ਇਹ ਕਹਿਣਾ ਕਿ ਕਾਂਗਰਸ ਆਈ ਦਾ ਸਾਫ਼ ਹੱਥ ਆ, ਇਹ ਕਈ ਲੋਕਾਂ ਨੇ ਕਿਹਾ ਵਾ, ਪਰ ਕੀ ਤੁਸੀਂ ਕੁਝ ਕਾਂਗਰਸ ਲੀਡਰਸ ਨੂੰ, ਕੋਈ MPs ਨੂੰ ਮੌਬ ਨੂੰ ਭੜਕਾਉਂਦੇ ਦੇਖਿਆ? ਯੈਸ, 2 ਥਾਂ 'ਤੇ, ਔਰ ਮੈਨੂੰ ਨਹੀਂ ਪਤਾ ਸੀ ਉਹ ਕਾਂਗਰਸ MP ਕੌਣ ਹੈ, ਕਿੱਥੇ ਕਿੱਥੇ ਆਉਣਾ।
ਇੱਕ ਬਹੁਤ ਬਹੁਤ ਘੱਟ ਜਗ੍ਹਾ ਐਕਸ਼ਨ ਲਿਆ ਗਿਆ, ਲੇਕਿਨ ਇੱਕ ਜਗ੍ਹਾ ਜਿੱਥੇ ਲਿਆ ਗਿਆ ਉਹ ਕਰੋਲਬਾਗ ਥਾਣਾ ਸੀਗਾ। ਓਕੇ, ਬਹੁਤ ਕਾਬਿਲ ਉੱਥੇ ਐਸ ਐਚ ਓ ਸੀਗਾ ਰਣਬੀਰ ਸਿੰਘ, ਸਿੱਖ ਅਫਸਰ ਨਹੀਂ ਹੈ। ਉਹਨੇ ਬੰਦੇ ਪਹਿਲਾਂ ਤਾਂ ਸਿੱਖ ਜਿਹੜੇ ਬਿਜ਼ਨਸਿਸ ਨੂੰ ਬਚਾਇਆ, ਅੱਜ ਵੀ ਉਹ ਹੀਰੋ ਹੈ ਕਰੋਲਬਾਗ ਇਲਾਕੇ 'ਚ, ਉਹ ਆਦਮੀ ਐਸ ਐਚ ਓ। ਇੱਕ ਤਾਂ ਬਚਾਇਆ, ਦੂਜਾ ਜਿਹੜਾ ਨੇ ਲੁੱਟਮਾਰ ਕੀਤੀ ਉਹਨਾਂ ਨੂੰ ਕਾਫੀ ਬੰਦਿਆਂ ਨੂੰ ਫੜਿਆ। ਹੋਇਆ ਇਹ ਕਿ ਜਿਨ੍ਹਾਂ ਨੂੰ ਫੜਿਆ ਉਹ ਸਾਰੇ ਕਾਂਗਰਸ ਪਾਰਟੀ ਦੇ ਬੰਦੇ ਨਿਕਲੇ। ਓਕੇ, ਕਿਵੇਂ ਪਤਾ ਹੈ ਕਿ ਉਹ ਕਾਂਗਰਸ ਦੇ ਬੰਦੇ ਸੀ? ਉਹ ਆਪੇ ਥਾਣੇ ਆਇਆ ਐਮ ਪੀ, ਮੈਂ ਉੱਥੇ ਸੀਗਾ, ਮੈਂ ਵੇਖਿਆ, ਧਰਮਦਾਸ ਸ਼ਾਸਤਰੀ, ਮੈਂ ਉੱਥੇ ਪਹੁੰਚਿਆ, ਮੈਨੂੰ ਖਬਰ ਮਿਲੀ ਕਿ ਇੱਥੇ ਕੋਈ ਦੰਗਾ ਹੋ ਰਿਹਾ ਥਾਣੇ, ਮੈਂ ਉੱਥੇ ਪਹੁੰਚਿਆ ਅਤੇ ਵੇਖਿਆ ਕਾਂਗਰਸ ਆਈ ਦਾ ਐਮ ਪੀ ਧਰਮਦਾਸ ਸ਼ਾਸਤਰੀ ਸਾਹਮਣੇ ਮੇਰੇ, ਪੁਲਿਸ ਵਾਲਿਆਂ ਨੂੰ ਕਹਿ ਰਿਹਾ ਕਿ ਐਮ ਮੇਰੇ ਬੰਦੇ ਨੇ, ਇਹਨਾਂ ਨੂੰ ਛੱਡੋ। ਉਹ ਸਬੂਤ ਤੁਸੀਂ ਤਾਂ ਮੈਂ ਕੀ ਲੱਭਾਂਗੇ, ਉਹ ਆਪੇ ਆ ਕੇ ਦੇ ਗਿਆ, ਉਹਨਾਂ ਨੂੰ ਸ਼ਾਇਦ ਪਤਾ ਨਹੀਂ ਸੀਗਾ ਕਿ ਉੱਥੇ ਰਿਪੋਰਟਰ ਇਕਲੌਤਾ ਹੈ। ਰਾਈਟ ਰਾਈਟ। ਕਹਿੰਦਾ ਦੋ ਗੱਲਾਂ, ਦੇਖੋ, ਇੱਕ ਤਾਂ ਕਹਿੰਦਾ ਮੇਰੇ ਬੰਦੇ ਨੇ, ਦੂਜਾ ਕਹਿੰਦਾ ਇਹਨਾਂ ਨੂੰ ਛੱਡੋ ਕਿ ਕ੍ਰਾਈਮ ਵੀ ਮੇਰੇ ਬੰਦਿਆਂ ਨੇ ਕੀਤਾ, ਅਤੇ ਦੂਜਾ ਆਪਣਾ ਕ੍ਰਾਈਮ ਕਿ ਇੰਟਰਫੀਅਰਿੰਗ ਇਨ ਦਾ ਕੋਰਸ ਆਫ ਜਸਟਿਸ, ਤੁਹਾਡਾ ਕੀ ਮਤਲਬ ਹੈ ਕਿ ਛੱਡੋ? ਪੁਲਿਸ ਦਾ ਡਿਸੀਜਨ ਹੈਗਾ ਨਾ। ਸੋ ਪੁਲਿਸ ਵਾਲਿਆਂ ਨੇ ਉਹਦੇ ਕਹਿਣ 'ਤੇ ਫਿਰ ਲੋਕਾਂ ਨੂੰ ਛੱਡਤਾ ਕਿ ਨਹੀਂ ਛੱਡਿਆ? ਉਸ ਵੇਲੇ ਛੱਡਿਆ, ਕਿਉਂਕਿ ਪੁਲਿਸ ਦੇ ਆਪਸ ਵਿੱਚ ਝਗੜੇ ਹੋ ਗਏ। ਜਿਹੜਾ ਟੌਪ ਅਫਿਸਰ ਆਇਆ ਸੀਗਾ ਇੱਕ ਹੁਕਮਚੰਦ ਜਾਟਵ, ਐਡੀਸ਼ਨਲ ਕਮਿਸ਼ਨਰ ਆਫ ਪੁਲਿਸ, ਉਸ ਦੇ ਕਹਿਣ 'ਤੇ ਉਹਨਾਂ ਨੂੰ ਛੱਡਤਾ। ਓਕੇ, ਪੁਲਿਸ ਨੇ ਕਿਹਾ ਕਿ ਬਾਅਦ ਵਿੱਚ ਅਸੀਂ ਕਰਾਂਗੇ ਪ੍ਰੋਸੀਕਿਊਟ, ਫਿਲਹਾਲ ਇਹਨੂੰ ਜਾਣ ਦਿਓ। ਉਹ ਤਾਂ ਉਸ ਵੇਲੇ ਦੀ ਕਹਿਣ ਦੀ ਗਲਤੀ, ਬਾਅਦ ਵਿੱਚ ਕੱਖ ਨਹੀਂ ਕੀਤਾ। ਸੋ ਇੱਕ ਤਾਂ ਇਹ ਵਾਕਿਆ ਵਾ, ਹਾਂਜੀ, ਦੂਸਰਾ ਤੁਸੀਂ ਵਾਕਿਆ ਦੱਸ ਰਹੇ ਵੀ ਇੱਕ ਹੋਰ ਵਾਕਿਆ ਤੁਸੀਂ ਆਪਣੀ ਅੱਖੀ ਦੇਖਿਆ। ਮੈਂ ਦੇਖੋ ਜੀ, 1 ਨਵੰਬਰ ਦੀ ਗੱਲ ਹੈ, ਔਰ ਮੈਂ ਪਹੁੰਚਿਆ ਇੰਡੀਅਨ ਐਕਸਪ੍ਰੈਸ ਦੇ ਦਫ਼ਤਰ, ਅਤੇ ਖਬਰ ਆਈ ਕਿ ਰਕਾਬਗੰਜ ਗੁਰਦੁਆਰੇ 'ਤੇ ਹਮਲਾ ਹੋ ਰਿਹਾ, ਅਤੇ ਮੈਂ ਸਕੂਟਰ ਲੈ ਕੇ ਉੱਥੇ ਨੱਠਿਆ। ਉੱਥੇ ਵੇਖਣਾ ਕਿ ਉੱਥੇ 2 ਸਿੱਖਾਂ ਨੂੰ ਮਾਰਤਾ ਸੀਗਾ ਜਲਾ ਕੇ। ਇਹ ਮੇਰੇ ਸਾਹਮਣੇ ਦੀ ਗੱਲ ਹੈ, ਕਿੱਥੇ ਉਹ ਲਾਸ਼ਾਂ ਸੀਗੀਆਂ, ਇਹਦੇ ਬਾਅਦ 'ਚ ਮੈਂ ਬੜੀ ਡਿਸਟਰਬਿੰਗ ਗੱਲ ਹੈ, ਮੈਂ ਨਹੀਂ ਡਿਟੇਲ ਕਹਿਣਾ ਚਾਹੁੰਦਾ, ਬਹੁਤ ਡਿਸਟਰਬਿੰਗ ਗੱਲਾਂ ਨੇ। ਕਰਾਊਡ ਜਿਹੜਾ ਹੈਗਾ ਗੁਰਦੁਆਰੇ ਸਾਹਮਣੇ ਬਾਰ ਬਾਰ ਆ ਰਿਹਾ, ਕਰਾਊਡ ਦੇ ਨਾਲ ਕਮਲਨਾਥ ਐਮ ਪੀ ਖਲੋਤਾ ਹੈ, ਅਤੇ ਉਹ ਇਹ ਇਸ਼ਾਰਾ ਕੀਤਾ, ਇੱਕ ਵਾਰੀ ਸਾਹਮਣੇ ਵੱਧੇ ਲੋਕ, ਅਤੇ ਨਾਲ ਮੈਂ ਕਮਲਨਾਥ ਨੂੰ ਮਿਲਿਆ, ਉੱਤੇ ਕੀ ਹੋ ਰਿਹਾ ਮੈਂ ਪੁੱਛਿਆ, ਅਤੇ ਜਿਵੇਂ ਉਹ ਵੱਧੇ ਕਮਲਨਾਥ ਨੇ ਇਹ ਇਸ਼ਾਰਾ ਕੀਤਾ, ਇਹ ਸਾਰੇ ਲੋਕ ਉਸ ਵੇਲੇ ਰੁਕ ਗਏ। ਨਾਲੇ ਕਰੀਬ 10-12 ਗਜ਼ ਦੀ ਦੂਰ 'ਤੇ, ਇਸ ਤੋਂ ਜ਼ਿਆਦਾ ਨਹੀਂ, ਬਿਲਕੁਲ ਸੜਕ ਦੇ ਨਾਲ ਇੱਕ ਪੂਰੀ ਪਲਟਨ ਖਲੋਤੀ ਸੀਗੀ CRPF ਦੀ, ਨਾਲੇ ਗੌਤਮ ਕੌਲ ਐਡੀਸ਼ਨਲ ਕਮਿਸ਼ਨਰ ਪੁਲਿਸ, ਉਹ ਕੱਖ ਨਹੀਂ ਕਰ ਰਹੇ, ਉਹ ਵੇਖ ਰਹੇ ਨੇ। ਦੋ ਸਵਾਲ ਉੱਠਦੇ ਨੇ, ਇੱਕ ਤਾਂ ਕਰਾਊਡ ਦਾ ਅਤੇ ਕਮਲਨਾਥ ਦਾ ਕੀ ਰਸ਼ਤਾ ਸੀਗਾ, ਕੀ ਅੰਡਰਸਟੈਂਡਿੰਗ ਸੀਗੀ ਕਿ ਹੀ ਹੈਡ ਕੰਟਰੋਲ ਆਫ ਦੀ ਕਰਾਊਡ, ਕਿ ਮੈਂ ਇਸ਼ਾਰਾ ਕਰਾਂ ਅਤੇ ਉਹ ਮੇਰੀ ਗੱਲ ਮੰਨਣ ਜੀ, ਕੌਣ ਸੀ ਇਹਨਾਂ ਦਾ ਰਿਸ਼ਤਾ ਕੀ ਸੀਗਾ? ਦੂਜਾ, ਪੁਲਿਸ ਦੀ ਕੀ ਅੰਡਰਸਟੈਂਡਿੰਗ ਸੀ ਕਿ ਅਸੀਂ ਕੁਛ ਨਹੀਂ ਕਰੀਏ, ਇਹ ਕਮਲਨਾਥ ਜੋ ਹੈ ਜਿਸਨੇ ਜੋ ਕਰਨਾ ਇਹ ਨਹੀਂ ਕਰਨਾ ਹੈ? ਇਹ ਸਵਾਲ ਉੱਠਦੇ ਨੇ, ਇਹ ਸਵਾਲਾਂ ਦਾ ਕੋਈ ਜਵਾਬ ਹਜੇ ਤੱਕ ਸਾਹਮਣੇ ਨਹੀਂ ਆਇਆ। ਇੱਥੇ ਅਸੀਂ ਰੁਕ ਰਹੇ ਹਾਂ ਇੱਕ ਬ੍ਰੇਕ ਵਾਸਤੇ, ਬ੍ਰੇਕ ਤੋਂ ਬਾਅਦ ਅਸੀਂ ਸੰਜੇ ਸੂਰੀ ਨਾਲ ਉਹਨਾਂ ਦੀ 1984 'ਚ ਹੋਈ ਹਿੰਸਾ ਉੱਤੇ ਨਵੀਂ ਕਿਤਾਬ ਬਾਰੇ ਗੱਲਬਾਤ ਜਾਰੀ ਰੱਖਾਂਗੇ। ਅਸੀਂ ਗੱਲ ਕਰ ਰਹੇ ਹਾਂ ਜਰਨਲਿਸਟ ਸੰਜੇ ਸੂਰੀ ਨਾਲ।
ਤੁਸੀਂ ਗੱਲ ਕੀਤੀ ਕਿ ਕੁਝ ਪੁਲਿਸ ਆਫਿਸਰਸ ਨੇ ਚੰਗਾ ਕੰਮ ਵੀ ਕੀਤਾ, ਜਿਹਨਾਂ ਦਾ ਤੁਸੀਂ ਇੱਕ ਐਗਜ਼ਾਮਪਲ ਵੀ ਦਿੱਤਾ, SHO ਦਾ ਐਗਜ਼ਾਮਪਲ ਵੀ ਦਿੱਤਾ, ਹੋਰ ਕੋਈ ਤੁਹਾਡੇ ਤੁਸੀਂ ਵੇਖਿਆ ਕਿਸੇ ਪੁਲਿਸ ਆਫਿਸਰ ਨੂੰ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਰਿਹਾ? ਦੇਖੋ ਜੀ, ਮੈਕਸਵੈਲ ਪੇਰੇਰਾ ਐਡੀਸ਼ਨਲ ਕਮਿਸ਼ਨਰ, ਐਡੀਸ਼ਨਲ DCP ਨੌਰਥ ਡਿਸਟ੍ਰਿਕਟ ਸੀ, ਔਰ ਐਡੀਸ਼ਨਲ ਦਾ ਆਪਣਾ ਮੈਨ ਹੈਗੇ ਕਿਉਂਕਿ ਫੁੱਲ ਕਮਾਂਡ ਨਹੀਂ ਸੀਗਾ ਜੀ, ਕਿਤੇ ਉਹਦਾ ਫੁੱਲ ਕਮਾਂਡ ਹੁੰਦਾ ਤਾਂ ਕਹਾਣੀ ਕੁਛ ਹੋਰ ਹੋਣੀ ਸੀਗੀ। ਉਸ ਆਦਮੀ ਨੇ ਸੀਸਗੰਜ ਗੁਰਦੁਆਰੇ ਨੂੰ ਬਚਾਇਆ ਹੈ। ਉਹ ਆਇਆ, ਉਹਦੇ ਕੋਲ ਕੋਈ ਫੋਰਸ ਨਹੀਂ ਸੀਗੀ, ਆਰਮਡ ਪੁਲਿਸ ਉਹਨੂੰ ਚਾਹੀਦੀ ਸੀਗੀ, ਆਰਮਡ ਪੁਲਿਸ ਤਿਆਰ ਸੀਗੀ, ਵੇਟਿੰਗ ਸੀਗੀ ਬੈਰਕਸ ਵਿੱਚ ਤਿਆਰ ਆਉਣ ਨੂੰ, ਉਹਨੂੰ ਨਹੀਂ ਮਿਲੀ। ਉਹਨੇ ਬੜੇ ਰਿਕੁਐਸਟ ਕੀਤੇ, ਉਹਨੂੰ ਨਹੀਂ ਮਿਲੀ। ਡਿਸਟ੍ਰਿਕਟ ਦੀ ਆਪਣੀ ਇੱਕ ਯੂਨਿਟ ਸੀ, ਆਰਮਡ ਪੁਲਿਸ ਸੀ, ਉਹ ਵੀ ਨਹੀਂ ਮਿਲੀ। ਅਤੇ ਇੱਕ ਜਿਪਸੀ ਦੀ ਜੀਪ ਵਿੱਚ 4-6 ਕੌਂਸਟੇਬਲ ਨਾਲ ਉਹਦੇ, ਅਤੇ ਪੁਲਿਸ ਫੋਰਸ ਤੋਂ 2-4 ਬੰਦੇ ਹੋਰ ਫੜੇ, ਅਤੇ ਇਕੱਲੇ ਉਹਨੇ ਸੀਸਗੰਜ 'ਤੇ ਹਮਲਾ ਆ ਰਿਹਾ ਸੀ, ਦੋਵੇਂ ਪਾਸਿਓਂ ਲੋਕ ਆ ਰਹੇ ਸੀਗੇ, ਅਤੇ ਕੁਛ ਸਿੱਖ ਬਾਹਰ ਨਿਕਲੇ ਗੁਰਦੁਆਰੇ ਤੋਂ ਤਲਵਾਰਾਂ ਲੈ ਕੇ ਕਿ ਅਸੀਂ ਸ਼ਹੀਦ ਹੋ ਜਾਣਾ, ਲੇਕਿਨ ਅਸੀਂ ਗੁਰਦੁਆਰੇ ਨੂੰ ਬਚਾਉਣੇ, ਅਸੀਂ ਬਚਾਵਾਂਗੇ ਆਪਣੇ ਗੁਰਦੁਆਰੇ ਨੂੰ। ਉਹਨੇ ਕਿਹਾ ਕਿ ਉਹਨਾਂ ਨੂੰ ਤੁਸੀਂ ਵਾਪਸ ਜਾਓ, ਇਹਨਾਂ ਨੂੰ ਮੈਂ ਵੇਖਾਂਗਾ। ਅਤੇ ਜਿਵੇਂ ਅੱਗੇ ਵਧਦੇ ਨੇ, ਆਪਣੀ ਰਿਵੋਲਵਰ ਉਹਨੇ ਦਿੱਤੀ ਹੈ ਇੱਕ ਕੌਂਸਟੇਬਲ ਨੂੰ, ਫਾਇਰ ਕਰ, ਉਹਨੇ ਇੱਕ ਗੋਲੀ ਚਲਾਈ, ਬੰਦਾ ਮਰ ਗਿਆ। ਉਸ ਵੇਲੇ ਮੈਕਸਵੈਲ ਪੇਰੇਰਾ ਨੇ ਮਾਈਕ ਲੈ ਕੇ, ਮੈਗਾਫੋਨ ਲੈ ਕੇ ਅਨਾਊਂਸਮੈਂਟ ਕੀਤੀ, ਇਹਨੂੰ ਕੌਂਸਟੇਬਲ ਨੂੰ 200 ਰੁਪਈਏ ਇਨਾਮ, ਅੱਗੇ ਕੋਈ ਹੋਰ ਵਧੇਗਾ ਮਾਰ ਦਿਆਂਗਾ। ਉਹ ਗਾਇਬ। ਇੱਕ ਆਫਿਸਰ ਦਾ ਇੱਕ ਇਹ ਐਕਸ਼ਨ, ਔਰ ਜਿੰਨੇ ਬੰਦੇ ਸੀ ਉਹ ਡਰ ਨਾਲ ਸਭ ਗਾਇਬ ਹੋ ਗਏ। ਸੀਸਗੰਜ ਗੁਰਦੁਆਰਾ ਬਚ ਗਿਆ, ਕਿੰਨਾ ਹਿਸਟੋਰਿਕ ਗੁਰਦੁਆਰਾ ਹੈ, ਇਹ ਤੁਸੀਂ ਆਪਣੀ ਅੱਖੀਂ ਦੇਖਿਆ? ਦੇਖੋ ਜੀ, ਇਹ ਜਿਹੜਾ ਹੈਗਾ ਮੈਕਸਵੈਲ ਪੇਰੇਰਾ ਨਾਲ ਮੈਂ ਡਿਟੇਲ ਇੰਟਰਵਿਊ ਕੀਤੀ ਹੈ, ਇਹ ਮੈਕਸਵੈਲ ਪੇਰੇਰਾ ਦਾ ਅਕਾਊਂਟ ਹੈਗਾ, ਇਹ ਡਿਟੇਲ ਇੰਟਰਵਿਊ ਇਸ ਕਿਤਾਬ 'ਚ ਹੈ। ਹਾਂ, ਇਹ ਪੂਰਾ ਚੈਪਟਰ ਹੈਗਾ ਮੈਕਸਵੈਲ ਪੇਰੇਰਾ ਦਾ, ਦੀ ਇੰਟਰਵਿਊ। ਕਮਲਨਾਥ ਨੂੰ ਮੈਂ ਆਪੇ ਵੇਖਿਆ, ਧਰਮਦਾਸ ਸ਼ਾਸਤਰੀ ਨੂੰ ਮੈਂ ਆਪੇ ਵੇਖਿਆ, ਬਾਕੀ ਕਈ ਜਿਹੜੇ ਦੰਗੇ ਹੋਏ ਸੁਲਤਾਨਪੁਰੀ ਦੇ ਨਾਲ ਵਿੱਚ ਕੀ ਹੋਇਆ, ਉਹ ਆਪ ਮੈਨੂੰ ਵੀ ਅਟੈਕ ਹੋ ਗਿਆ, ਉਹਨਾਂ ਨੇ ਕਾਂਗਰਸ ਦੇ ਬੰਦੇ ਮੈਨੂੰ ਅਟੈਕ ਕੀਤਾ, ਮੇਰੀ ਕੁਲੀਗ ਨੂੰ ਅਟੈਕ ਕੀਤਾ, ਲੇਕਿਨ ਇਹ ਜਿਹੜੇ ਹੈ ਮੈਕਸਵੈਲ ਪੇਰੇਰਾ ਦੇ ਇੰਟਰਵਿਊ ਹੈਗੇ, ਫੁੱਲ ਇੰਟਰਵਿਊ। ਲੇਕਿਨ ਇਹ ਵੇਖੋ, ਇਹ ਜਿਹੜਾ ਮੈਕਸਵੈਲ ਪੇਰੇਰਾ ਨੇ ਐਕਸ਼ਨ ਲਿਆ, ਇਹ ਤਾਂ ਸਾਨੂੰ ਪਤਾ ਕਿ ਐਕਸ਼ਨ ਲਿਆ। ਦੂਜੀ ਗੱਲ, ਬੜੀ ਡਿਸਟਰਬਿੰਗ ਗੱਲ, ਪੇਰੇਰਾ ਨੇ ਮੈਨੂੰ ਕਿਹਾ ਕਿ ਜੀ, ਪੁਲਿਸ ਦਾ ਇੱਕ ਆਪਣਾ ਰੂਟੀਨ ਹੈਗਾ ਕਿ ਅਗਰ ਤੁਸੀਂ ਫਾਇਰਿੰਗ ਕਰੋ ਕਿਸੇ ਨੂੰ ਮਾਰ ਦਿਓ ਤਾਂ ਬੜੀ ਸੀਰੀਅਸ ਗੱਲ ਹੁੰਦੀ ਹੈ ਜੀ, ਉਹ ਹੈੱਡਕੁਆਰਟਰਸ ਨੂੰ ਕਹਿਣਾ ਪੈਂਦਾ ਹੈ, ਟੋਪ ਆਫਿਸਰਸ ਨੂੰ ਕਹਿਣਾ ਪੈਂਦਾ ਹੈ। ਉਹਨੇ ਕਿਹਾ ਮੈਂ ਪੁਲਿਸ ਹੈੱਡਕੁਆਰਟਰਸ ਨੂੰ ਬਾਰ ਬਾਰ ਕਹਿੰਦਾ ਰਿਹਾ, ਕੋਈ ਜਵਾਬ ਨਹੀਂ ਆਇਆ। ਇੱਕ ਸਾਇਲੈਂਟ ਡਿਸਅਪਰੂਵਲ ਹੋ ਗਿਆ ਕਿ ਤੁਸੀਂ ਐਕਸ਼ਨ ਕਿਉਂ ਲਿਆ। ਔਰ ਇਹ ਖਾਲੀ ਪੇਰੇਰਾ ਨਾਲ ਨਹੀਂ ਹੋਇਆ, ਸੈਂਟਰਲ ਡਿਸਟ੍ਰਿਕਟ ਦਾ DCP ਅਮੋਦ ਕੰਠ, ਉਹਦੇ ਨਾਲ ਇੰਟਰਵਿਊ ਹੈਗੀ ਹੈ ਇਸ ਕਿਤਾਬ ਵਿੱਚ। ਅਮੋਦ ਕੰਠ ਨੇ ਮੈਨੂੰ ਮਿਲਿਆ, ਉਹਨਾਂ ਨੇ ਇੰਟਰਵਿਊ ਦਿੱਤੀ, ਉਸਨੇ ਕਿਹਾ ਕਿ ਉਹਨੇ ਪੁਲਿਸ ਹੈੱਡਕੁਆਰਟਰਸ ਨੂੰ ਕਿਹਾ ਕਿ ਫਲਾਂ ਤਾਂ ਮੈਂ ਐਕਸ਼ਨ ਲਿੱਤਾ, ਅਤੇ ਉੱਥੇ ਬਾਅਦ ਵਿੱਚ ਮੀਟਿੰਗ ਬੁਲਾਈ, ਔਰ ਉਹਨਾਂ ਨੇ ਡਿਸਅਪਰੂਵ ਕੀਤਾ ਕਿ ਤੁਸੀਂ ਐਕਸ਼ਨ ਕਿਉਂ ਲਿਆ। ਇਹ ਤੁਹਾਨੂੰ ਅਮੋਦ ਕੰਠ ਨੇ? ਯੈਸ, ਉਹ ਪੁਲਿਸ ਹੈੱਡਕੁਆਰਟਰਸ ਵਿੱਚ ਜਿਹੜੀ ਮੀਟਿੰਗਸ ਹੋਈ ਹੈ ਉਹਦੇ ਵਿੱਚ ਉਹਨੂੰ ਕਿਹਾ ਕਿ ਤੁਸੀਂ ਜਿਹੜਾ ਐਕਸ਼ਨ ਲੈ ਰਹੇ ਹੋ ਅਗੇਂਸਟ ਦ ਕਿਲਰਸ, ਇਹ ਪ੍ਰੀਮੈਚੋਰ ਐਕਸ਼ਨ ਹੈ, ਕਿਉਂਕਿ ਪੁਲਿਸ ਹੈੱਡਕੁਆਰਟਰਸ ਤੋਂ ਇੱਕ ਆਰਡਰ ਆਇਆ ਸੀਗਾ ਕਿ ਜਿਹੜੇ ਸਿੱਖ ਆਫਿਸਰਸ ਨੇ ਇਹਨਾਂ ਨੂੰ ਡਿਸਆਰਮ ਕਰੋ, ਇਹਨਾਂ ਨੂੰ ਡਿਪਲੋਏ ਨਹੀਂ ਕਰਨਾ। ਉਸ ਡਿਸਟ੍ਰਿਕਟ ਵਿੱਚ
ਉਹਨਾਂ ਨੇ ਇਹ ਫੋਲੋ ਨਹੀਂ ਕੀਤਾ ਔਰ ਸਿੱਖ ਆਫੀਸਰਸ ਨੂੰ ਡਿਪਲੋਏ ਕੀਤਾ। ਪਰ ਸੰਜੇ ਬਾਅਦ ਦੇ ਵਿੱਚ ਅਮੋਦ ਕਾਂਤ ਦੀ ਕੁਛ ਆਲੋਚਨਾ ਵੀ ਹੋਈ। ਬਿਲਕੁਲ ਹੋਈ, ਬਿਲਕੁਲ ਹੋਈ। ਔਰ ਇਹ ਚੰਗਾ ਕੀਤਾ ਤੁਸੀਂ ਇਹ ਸਵਾਲ ਕੀਤਾ, ਉਹ ਇੱਕ ਬਾਅਦ ਵਿੱਚ ਇੰਸੀਡੈਂਟ ਹੋਈ ਸੀਗੀ, ਹੋਇਆ ਸੀਗਾ ਪਹਾੜਗੰਜ ਵਿੱਚ ਜੀ, ਉਹਦੇ ਵਿੱਚ ਫਾਇਰਿੰਗ ਹੋਈ ਹੈ। ਉਸ ਇੰਸੀਡੈਂਟ ਵਿੱਚ ਮੈਂ ਨਹੀਂ ਸੀਗਾ, ਮੈਂ ਉਹ ਆਪੇ ਨਹੀਂ ਵੇਖਿਆ ਕਿ ਜਿੱਥੋਂ ਤੱਕ ਖਬਰ ਆਉਂਦੀ ਹੈ ਇੱਕ ਉੱਥੇ ਫਾਇਰਿੰਗ ਹੋਈ ਸੀ ਅਤੇ ਕੋਈ ਲੋਕ ਬਾਹਰ ਵੀ ਮਾਰੇ ਗਏ ਅਤੇ ਕੁਛ ਸਿੱਖ ਜਿਹੜੇ ਉਹਨਾਂ ਦੀ ਵੀ ਉਹ ਵੀ ਮਾਰੇ ਗਏ, ਇੱਕ ਆਰਮੀ ਦਾ ਕੋਈ ਸੋਲਜਰ ਸੀਗਾ ਕੰਠ ਨਾਲ ਉਹ ਵੀ ਮਾਰਿਆ ਗਿਆ ਅਤੇ ਉਹਨੂੰ ਮੌਤ ਕੰਠ ਲੈ ਕੇ ਗਿਆ ਹੋਸਪਿਟਲ, ਅਤੇ ਆਰਮੀ ਨੇ ਉਹਨੂੰ ਇੱਕ ਮੈਡਲ ਵੀ ਦਿੱਤਾ ਕਿ ਤੁਸੀਂ ਸੋਲਜਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਉਹ ਭਾਵੇਂ ਜੋ ਇੰਸੀਡੈਂਟ ਹੋਏ ਮੈਨੂੰ ਉਸ ਦਾ ਇਲਮ ਨਹੀਂ ਹੈਗਾ, ਲੇਕਿਨ ਜਿਹੜਾ ਮੈਂ ਵੇਖਿਆ ਹੈਗਾ, ਦੇਖੋ ਇੱਕ ਫੈਕਟ ਅਨਡੀਨਾਇਬਲ ਹੈ, ਸੈਂਟਰਲ ਡਿਸਟ੍ਰਿਕਟ ਵਿੱਚ ਬਹੁਤ ਜਗ੍ਹਾ ਵਾਇਲੈਂਸ ਹੋਈ, ਟੋਟਲ ਸਿੱਖ ਡੈਥ ਜਿਹੜੀ ਸੀਗੀ ਉਹਨਾਂ ਤਿੰਨਾਂ ਦਿਨਾਂ ਵਿੱਚ 18 ਸਿੱਖ ਮਾਰੇ ਗਏ ਜੀ, ਬਹੁਤ ਜ਼ਿਆਦਾ ਹੈ, ਇੱਕ ਵੀ ਨਹੀਂ ਹੋਣੇ ਚਾਹੀਦੇ ਜੀ। ਲੇਕਿਨ ਦੇਖੋ ਈਸਟ ਡਿਸਟ੍ਰਿਕਟ ਵਿੱਚ 1000 ਸਿੱਖ ਮਾਰੇ ਗਏ, ਉਹਦੇ ਹਿਸਾਬ ਦੇ ਨਾਲ ਵੇਖਿਆ ਜਾਵੇ ਤਾਂ ਸਿਚੁਏਸ਼ਨ ਫਿਰ ਵੀ ਕੁਝ ਕੰਟਰੋਲ ਸੀ, ਕਾਫੀ ਕੰਟਰੋਲ ਸੀ। ਵੈਸਟ ਡਿਸਟ੍ਰਿਕਟ ਵਿੱਚ 1000 ਬੰਦੇ ਮਾਰੇ ਗਏ, ਸਾਊਥ ਡਿਸਟ੍ਰਿਕਟ ਵਿੱਚ ਮਾਰੇ ਗਏ, ਅਤੇ ਜਿਹਨੇ ਕਤਲ ਹੋਏ ਨੇ ਤਾਂ ਈਸਟ, ਵੈਸਟ ਅਤੇ ਸਾਊਥ ਵਿੱਚ ਹੋਏ ਨੇ। ਅਤੇ ਇੱਥੇ ਅਗਰ ਤੁਸੀਂ ਹਰ ਜਗ੍ਹਾ ਐਕਸ਼ਨ ਲਿਆ, ਸਿੱਖ ਆਫੀਸਰ ਨੂੰ ਡਿਸਆਰਮ ਨਹੀਂ ਕੀਤਾ, ਅਤੇ ਅਗਰ ਡੈਥ ਟੋਲ ਤੁਸੀਂ 18 ਤੱਕ ਕੰਟਰੋਲ ਕਰ ਸਕੇ, ਤਾਂ ਇਹ ਆਪਣੇ ਵਿੱਚ ਇੱਕ ਰਿਕਾਰਡ ਹੈਗਾ। ਡੈਫੀਨੇਟ, ਤੁਸੀਂ ਮੈਕਸਵੈਲ ਪਰੇਰਾ ਦਾ ਨਾਂ ਲਿਆ ਜੀ, ਆਊਟ ਆਫ ਕਿਉਰਿਓਸਿਟੀ ਅੱਜ ਕੱਲ੍ਹ ਕਿੱਥੇ ਹੋ? ਇੰਟਰਸਟਿੰਗ ਗੱਲ ਹੈ, ਰਿਟਾਇਰ ਹੋ ਕੇ ਉਹਨਾਂ ਨੇ ਗਾਣਾ ਸ਼ੁਰੂ ਕਰਤਾ ਹੈ, ਅਤੇ ਯੂਰਪ ਅਤੇ ਅਮਰੀਕਾ ਦੇ ਟੂਰ 'ਤੇ ਸੀਗੇ ਜਦ ਮੈਂ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਬੁਲਾਵਾਂ ਬੁੱਕ ਲਾਂਚ 'ਤੇ, ਅਤੇ ਉਹਨਾਂ ਨੇ ਇੱਕ ਮਿਊਜ਼ਿਕ ਗਰੁੱਪ ਜੁਆਇਨ ਕਰ ਲਿਆ, ਉਹ ਗੰਦ ਨੇ ਇੱਕ ਸ਼ਾਇਦ ਇਸ ਕਰਕੇ ਕਿ ਹੋਰ ਕੋਈ ਬੁੱਕ 'ਤੇ ਪਈ ਨਹੀਂ, ਇਹੋ ਹੀ ਸ਼ੌਕ ਆਪਣਾ ਪੂਰਾ ਕਰੋ, ਇੱਕ ਸ਼ੌਕ ਪੂਰਾ ਕਰੋ। ਔਰ ਉਹ ਬੰਦਾ ਉਸ ਵਿੱਚ ਇੱਕ ਆਪਣੇ ਕਿਸਮ ਦਾ ਬੰਦਾ, ਖੈਰ ਹਰ ਬੰਦਾ ਆਪਣੇ ਕਿਸਮ ਦਾ ਬੰਦਾ ਹੁੰਦਾ, ਲੇਕਿਨ ਉਹਦੇ ਬੜੇ ਇੰਟਰਸਟ ਹੈਗੇ ਨੇ ਪੁਲਿਸ ਦੇ ਇਲਾਵਾ, ਐਜ਼ ਏ ਹਿਊਮਨ ਬੀਂਗ ਉਹ ਬਹੁਤ ਖੂਬ ਬੰਦਾ ਹੈ, ਔਰ ਬੜੇ ਐਕਸ਼ਨ ਲਿਆ, ਅਤੇ ਇੱਕ ਪੁਲਿਸ ਆਫਿਸਰ ਦੇ ਨਾਤੇ ਲਿਆ, ਲੇਕਿਨ ਇੱਕ ਹਿਊਮਨ ਬੀਂਗ ਦੇ ਨਾਤੇ ਵੀ ਲਿਆ। ਅਫਸੋਸ ਹੈ, ਟ੍ਰੈਜਡੀ ਹੈ ਕਿ ਕਈ ਪੁਲਿਸ ਆਫਿਸਰ ਉਹ ਭੁੱਲ ਗਏ ਕਿ ਉਹ ਇਨਸਾਨ ਵੀ ਹੈਗੇ ਨੇ। ਬਿਲਕੁਲ ਠੀਕ ਹੈ ਸੰਜੇ, ਬਹੁਤ ਅਹਿਮ ਤੁਸੀਂ ਖੁਲਾਸੇ ਕਿਤਾਬ ਦੇ ਵਿੱਚ ਕੀਤੇ ਆ, 31 ਸਾਲ ਕਿਉਂ ਲੱਗ ਗਏ ਇਹ ਗੱਲਾਂ ਬਾਹਰ ਆਉਣ 'ਚ? ਗੱਲਾਂ ਬਾਹਰ ਆਉਣ ਵਿੱਚ ਮੈਂ 31 ਸਾਲ ਨਹੀਂ ਵੇਟ ਕੀਤਾ, ਮੈਂ ਇੱਕ ਦਿਨ ਵੀ ਵੇਟ ਨਹੀਂ ਕੀਤਾ। ਓਕੇ, ਇੱਕ ਦਿਨ ਘਟਨਾ ਹੋਈ ਹੈ, ਅਗਲੇ ਦਿਨ ਇੰਡੀਅਨ ਐਕਸਪ੍ਰੈਸ ਵਿੱਚ ਫਰੰਟ ਪੇਜ ਵਿੱਚ ਸਾਰੀ ਖਬਰ ਸੀਗੀ, ਔਰ ਉਹ ਵੇਲਾ ਸੀਗਾ ਜਦ ਪੁਲਿਸ ਸਾਡੇ ਅਗੇਂਸਟ ਸੀਗੀ, ਕਾਂਗਰਸ ਆਈ ਦੇ ਗੁੰਡੇ ਸਾਡੇ ਅਗੇਂਸਟ ਸੀਗੇ। ਮੈਨੂੰ ਅਟੈਕ ਕੀਤਾ ਗਿਆ, ਬਾਹਰ ਗਿਆ ਰਿਪੋਰਟਿੰਗ ਕਰਨ, ਉਸ ਤੋਂ ਬਾਅਦ ਇਨਕੁਆਇਰੀ ਕਮਿਸ਼ਨ ਬਿਠਾਈ ਗਈ, ਮਿਸ਼ਰਾ ਇਨਕੁਆਇਰੀ ਕਮਿਸ਼ਨ ਬਿਠਾਈ ਗਈ, ਮਿਸ਼ਰਾ ਇਨਕੁਆਇਰੀ ਕਾਂਗਰਸ ਨੇ ਬਿਠਾਈ। ਉਸ ਕਮਿਸ਼ਨ ਦੇ ਅੱਗੇ ਮੈਂ ਆਪਣੀ ਰਿਪੋਰਟਾਂ ਨੂੰ ਐਫੀਡੈਵਿਟ ਬਣਾ ਕੇ ਪੇਸ਼ ਕੀਤਾ, ਐਵੀਡੈਂਸ ਦਿੱਤੀ, ਕ੍ਰੋਸ ਐਗਜ਼ਾਮੀਨੇਸ਼ਨ ਹੋਈ। ਉਸ ਤੋਂ ਬਾਅਦ ਨਾਨਾਵਤੀ ਕਮਿਸ਼ਨ ਬੈਠੀ, ਉਹੀ ਐਵੀਡੈਂਸ ਮੈਂ ਦੁਬਾਰਾ ਪੇਸ਼ ਕੀਤੇ, ਮੈਂ ਲੰਡਨ ਤੋਂ ਆਇਆ ਦਿੱਲੀ, ਐਵੀਡੈਂਸ ਦੇਣੇ, ਕ੍ਰੋਸ ਐਗਜ਼ਾਮਿਨ ਫੇਸ ਕਰਨਾ, ਐਗਜ਼ਾਮੀਨੇਸ਼ਨ ਫੇਸ ਕਰਨਾ। ਮੇਰੇ ਖਿਆਲ ਤੁਸੀਂ ਬਹੁਤ ਘੱਟ ਜਰਨਲਿਸਟ ਸੁਣੇ ਆ, 2-4 ਜਰਨਲਿਸਟ ਸੁਣੇ ਜਿਹਨਾਂ ਨੇ ਐਫੀਡੈਵਿਟ ਸ਼ੇਪ ਦੇ ਵਿੱਚ, ਬਸ 2-1 ਸੀਗੇ। ਉਹ ਐਫੀਡੈਵਿਟ ਕਿੰਨੇ ਦਿਨ ਸੀਗਾ, ਉਹ ਮੋਸਟ ਅਖਬਾਰਾਂ ਨੇ ਤਾਂ ਰਿਪੋਰਟ ਹੀ ਨਹੀਂ ਕੀਤਾ, ਉਹ ਬਾਹਰ ਹੀ ਨਹੀਂ ਗਏ, ਰਿਪੋਰਟਰ ਸ਼ਹਿਰ 'ਚ ਨਹੀਂ ਗਏ। ਇੰਡੀਅਨ ਐਕਸਪ੍ਰੈਸ ਸੀਗਾ ਜੀ, ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ, ਤੁਸੀਂ ਆਪਣੇ ਇੰਡੀਅਨ ਐਕਸਪ੍ਰੈਸ ਦੀ ਕਿੰਨੀ ਰਿਪੋਰਟਿੰਗ ਕੀਤੀ ਹੈ ਬੋਲਡਲੀ ਫਲੀਲੀ ਜੀ। ਅਸੀਂ ਕਰਦੇ ਸੀਗੇ, ਸਾਡਾ ਟ੍ਰੈਡੀਸ਼ਨ ਸੀਗਾ ਸਾਡੀ ਅਖਬਾਰ ਦਾ ਕਿ ਤੁਸੀਂ ਖੁੱਲ੍ਹ ਕੇ ਰਿਪੋਰਟਿੰਗ ਕਰੋ। ਨਹੀਂ, ਮੇਰਾ ਕਹਿਣ ਦਾ ਮਤਲਬ ਹੈ ਵੀ ਕਿਤਾਬ ਦੀ ਸ਼ੇਪ ਦੇ ਵਿੱਚ ਕਿਉਂ ਨਹੀਂ ਪਹਿਲਾਂ ਇਹ ਸਭ ਕੁਛ? ਹਾਂ, ਤੋ ਇਹ ਬਹੁਤ ਕੁਛ
ਤੋਂ ਮੈਂ ਇਸ ਵਾਸਤੇ ਕਹਿ ਰਿਹਾ ਕਿ ਲੋਕ ਕਹਿੰਦੇ ਨੇ ਜੀ ਤੁਸੀਂ ਖਲੋ ਗਏ, 31 ਸਾਲ ਵੇਟ ਕੀਤਾ ਜੀ ਬੀਜੇਪੀ ਸਰਕਾਰ ਤਾਂ ਹੀ ਮੋਦੀ ਮੋਦੀ ਦਾ ਇਹਦੇ ਨਾਲ ਕੀ ਮਤਲਬ? ਅਸੀਂ ਮਤਲਬ ਮੋਦੀ ਤੋਂ ਕੀ ਲੈਣ ਦੇਣਾ? ਬਿਲਕੁਲ ਉਸ ਵੇਲੇ ਅਸੀਂ ਇਸ ਨਹੀਂ ਰੁਕੇ ਤਾਂ ਹੁਣ ਕੀ ਰੁਕਣਾ ਸੀਗਾ? ਤੋ ਇੱਕ ਕਿਤਾਬ ਦੇ ਫੋਰਮ ਵਿੱਚ ਇੱਕ ਕਨਵਰਸੇਸ਼ਨ ਹੋਈ ਮੇਰੀ ਕੁਲੀਗ ਨਾਲ ਸਾਗਰ ਇੱਕ ਘੋਸ਼ਣਾ ਕੋਈ ਰਿਸਰਚ ਕਰਦੀ ਸੀਗੀ ਤਾਂ ਉਹਨੇ ਕਿਹਾ ਕਿ ਉਹ ਸਾਰੇ ਐਕਸਪੀਰੀਅੰਸਿਸ ਇਕੱਠੇ ਕਿਉਂ ਨਹੀਂ ਕਰਦਾ, ਲਿਖਦਾ ਕਿਉਂ ਨਹੀਂ? ਅਤੇ ਉਹ ਗੱਲ ਇੱਕ ਕਲਿੱਕ ਜੀ ਕਰ ਗਈ ਮੇਰੇ ਖਿਆਲ। ਰੋਜ਼ਮਰਾ ਜ਼ਿੰਦਗੀ 'ਚ ਆਪਾਂ ਲੋਕ ਬਿਜ਼ੀ ਲੱਗਦਾ। ਉਸ ਵੇਲੇ ਮੈਂ ਉਹ ਦਿੱਲੀ 'ਚ ਸੀਗਾ, ਉਹ ਰਾਹੁਲ ਗਾਂਧੀ ਨੇ ਕਿਹਾ ਜੀ ਨਹੀਂ ਨਹੀਂ ਕਾਂਗਰਸ ਆਈ ਨੇ ਕੁਛ ਨਹੀਂ ਕੀਤਾ, ਰਾਜੀਵ ਗਾਂਧੀ ਨੇ ਸਭ ਠੀਕ ਕੀਤਾ। ਸਵਾ ਠੀਕ ਕੀਤਾ, ਰਾਜੀਵ ਗਾਂਧੀ ਇਜ਼ ਦਾ ਮੇਨ ਪਰਸਨ ਰਿਸਪੋਂਸਿਬਲ ਫੋਰ ਆਲ ਦਾ ਕਿਲਿੰਗਸ। ਤੁਸੀਂ ਕਿਹਾ ਕਿ ਰਾਜੀਵ ਗਾਂਧੀ ਇਹ ਜਿਹੜੀਆਂ ਕਿਲਿੰਗਸ ਹੋਈਆਂ ਵਾ, ਸਿੱਖਾਂ ਦੀਆਂ ਕਿਲਿੰਗਸ 1984 'ਚ ਹੋਈਆਂ, ਉਹਦੇ ਵਾਸਤੇ ਮੇਨ ਬੰਦਾ ਰਿਸਪੋਂਸੀਬਲ ਹੈ। ਇਹ ਬੜੀ ਵੱਡੀ ਸਵੀਪਿੰਗ ਸਟੇਟਮੈਂਟ ਹੈ। ਸਵੀਪਿੰਗ ਸਟੇਟਮੈਂਟ ਮੈਂ ਉਂਝ ਨਹੀਂ ਕਹਿ ਰਿਹਾ, ਸਵੀਪਿੰਗ ਸਟੇਟਮੈਂਟ ਬੇਸਡ ਔਨ ਫੈਕਟਸ। ਫੈਕਟਸ ਕੀ ਹੈਗੇ ਨੇ? ਦੇਖੋ ਜੀ, ਤੁਹਾਡੇ ਅੱਗੇ ਇੱਕ ਫੈਕਟ ਇਹ ਹੈਗਾ ਕਿ 2 ਨਵੰਬਰ ਦੀ ਸ਼ਾਮ ਨੂੰ ਜੀ 5:30 ਵਜੇ ਰਾਜੀਵ ਗਾਂਧੀ ਨੇ ਲੈਫਟੀਨੈਂਟ ਗਵਰਨਰ PG ਗਵਾਈ ਨੂੰ ਸੱਦਿਆ ਔਰ ਉਹਨੂੰ ਕਿਹਾ ਕਿ 15 ਮਿੰਟ ਦੇ ਅੰਦਰ ਇਹ ਸਭ ਵਾਇਲੈਂਸ ਬੰਦ ਹੋ ਜਾਣੀ ਚਾਹੀਦੀ ਹੈ। ਤਦ ਤੱਕ ਤਾਂ 3,000 ਸਿੱਖ ਮਾਰੇ ਗਏ ਸੀਗੇ। ਤੁਸੀਂ ਪ੍ਰਧਾਨ ਮੰਤਰੀ ਹੋ, ਤੁਹਾਨੂੰ ਪਤਾ ਨਹੀਂ ਸੀ ਕਿ ਦੋ ਦਿਨ ਦੋ ਰਾਤਾਂ ਕੀ ਹੋ ਰਿਹਾ? ਔਰ ਜੇ ਨਹੀਂ ਸੀ ਪਤਾ ਤਾਂ ਵੀ ਗਵਾਈ ਨੂੰ ਕੀ ਕਿਹਾ ਕੀ ਬੰਦ ਕਰਾਓ? ਤੁਸੀਂ ਐਜ਼ ਪ੍ਰਾਈਮ ਮਿਨਿਸਟਰ ਕੀ ਕੀਤਾ? ਕੋਈ ਫਰਮ ਆਰਡਰ ਪੁਲਿਸ ਨੂੰ ਨਹੀਂ ਸੀਗਾ ਕਿ ਐਟ ਆਲ ਕੋਸਟ ਤੁਸੀਂ ਸਿੱਖਾਂ ਨੂੰ ਬਚਾਉਣਾ ਹੈ, ਵਾਇਲੈਂਸ ਨਹੀਂ ਹੋਣੇ ਦੇਣੀ। ਅਗਰ ਇਸ ਤਰ੍ਹਾਂ ਦਾ ਆਰਡਰ ਆਉਂਦਾ ਤਾਂ ਕਦੇ ਹੋ ਨਹੀਂ ਸਕਦਾ ਤਾਂ ਇਸ ਤਰ੍ਹਾਂ ਦਾ ਕਤਲ ਹੋ ਜਾਏ। ਕੋਈ ਆਰਡਰ ਨਹੀਂ ਆਇਆ। ਪਹਿਲਾ ਜਿਹੜਾ ਮੋਸਟ ਡਿਸਾਈਸਿਵ ਐਕਸ਼ਨ ਆਇਆ ਰਾਜੀਵ ਗਾਂਧੀ ਦਾ, ਉਹ 2 ਨਵੰਬਰ ਦੀ ਸ਼ਾਮ 5:30 ਵਜੇ ਆਇਆ, ਜਦੋਂ ਆਰਮੀ ਆਲਰੇਡੀ ਡਿਪਲੋਏ ਹੋ ਚੁੱਕੀ ਸੀ। ਆਰਮੀ ਡਿਪਲੋਏ ਹੋ ਗਈ ਔਰ ਡਿਪਲੋਏ ਕਰਨਾ ਸੀਗਾ, ਪੁਲਿਸ ਨੂੰ ਵੀ ਆਰਡਰ ਦੇਣਾ ਸੀਗਾ। ਉਹ 3 ਦਿਨ ਤੇ ਇੰਦਰਾ ਗਾਂਧੀ ਦਾ ਫਿਊਨਰਲ ਸੀਗਾ, 2 ਤਰੀਕ ਦੀ ਸ਼ਾਮੀ ਦੁਨੀਆ ਦੇ VIPs ਆ ਰਹੇ ਸੀਗੇ, ਉਹਨਾਂ ਨੂੰ ਥੋੜ੍ਹੀ ਵਿਖਾਣਾ ਸੀਗਾ ਕਿ ਸ਼ਹਿਰ ਅੱਗ ਲੱਗੀ ਹੋਈ ਹੈ ਅਤੇ ਕਤਲ ਹੋ ਰਹੇ ਨੇ ਜੀ। ਸੰਜੇ, ਆਪਾਂ ਇਹ ਗੱਲਬਾਤ ਜਿਹੜੀ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਇੱਥੇ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਹ ਗੱਲ ਇਸੇ ਤਰ੍ਹਾਂ ਹੀ ਕਰਾਂਗੇ ਜੀ। ਅਸੀਂ ਗੱਲ ਕਰ ਰਹੇ ਹਾਂ ਜਰਨਲਿਸਟ ਸੰਜੇ ਸੂਰੀ ਨਾਲ। ਸੰਜੇ, ਆਪਾਂ ਗੱਲ ਕਰ ਰਹੇ ਸੀਗੇ ਕਿ ਰਾਜੀਵ ਗਾਂਧੀ ਦੀ ਜੇ ਇਨਵੋਲਵਮੈਂਟ ਨਹੀਂ ਸੀ ਤਾਂ ਐਟਲੀਸਟ ਸ਼ਹਿ ਜ਼ਰੂਰ ਸੀਗੀ ਜਾਂ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਮੋਰ ਦੈਨ ਦੈਟ, ਮੇਰਾ ਇਹ ਕਿਤਾਬ ਵਿੱਚ ਮੈਂ ਇਹ ਲਿਖਿਆ ਕਿ ਇੱਕ ਇਹ ਰਾਜੀਵ ਗਾਂਧੀ ਵੱਲੋਂ ਪੈਸਿਵ ਐਗਰੈਸ਼ਨ ਸੀਗੀ। ਓਕੇ, ਇੱਕ ਜਿਹੜਾ ਹੈ ਇੱਕ ਮੁਹਾਵਰਾ ਜਾਂ ਇੱਕ ਇਮੇਜਰੀ ਰਾਜੀਵ ਗਾਂਧੀ ਨੇ ਦੇਸ਼ ਦੇ ਅੱਗੇ ਰੱਖੀ ਸੀਗੀ, ਜੋ ਕੋਈ ਅਸੀਂ ਸਾਰੇ ਜਾਣਦੇ ਹਾਂ, ਪੇੜ ਗਿਰਦਾ ਹੈ ਧਰਤੀ ਹਿਲਦੀ ਹੈ ਜੀ। ਉਹਨੂੰ ਇੱਕ ਮਿੰਟ ਗੌਰ ਕਰੋ, ਦੋ ਗੱਲਾਂ। ਇੱਕ ਤਾਂ ਕਹਿ ਕੀ ਰਿਹਾ ਹੈ ਕਿ ਕੌਜ਼ ਅਤੇ ਕੌਨਸੀਕੁਐਂਸ ਦੇ ਵਿੱਚ ਇੰਟਰਵੈਂਸ਼ਨ ਦਾ ਕੋਈ ਗੁੰਜਾਇਸ਼ ਨਹੀਂ ਸੀਗੀ ਕਿ ਹੋਣਾ ਹੀ ਸੀਗਾ, ਠੀਕ ਹੈ। ਦੂਜਾ, ਜਿਹੜੀ ਐਕਸ਼ਨਸ ਨੇ ਰਾਜੀਵ ਗਾਂਧੀ ਦੀ ਸਰਕਾਰ ਦੀ, ਦੇ ਐਕਸ਼ਨਸ ਆਰ ਇਨ ਲਾਈਨ ਵਿਦ ਦੈਟ ਮੈਟਾਫਰ। ਐਜ਼ ਪ੍ਰਧਾਨ ਮੰਤਰੀ ਉਹਨੂੰ ਚੰਗੀ ਤਰ੍ਹਾਂ ਪਤਾ, ਸਾਰੇ ਸ਼ਹਿਰ ਨੂੰ ਪਤਾ ਕੀ ਹੋ ਰਿਹਾ ਜੀ। ਇੱਕ ਅਗਰ ਆਰਡਰ ਫਰਮ ਆ ਜਾਂਦਾ ਪੁਲਿਸ ਨੂੰ ਤਾਂ ਉਹਦਾ ਸਾਨੂੰ ਕੋਈ ਐਵੀਡੈਂਸ ਨਹੀਂ ਮਿਲਿਆ, ਕਿਉਂਕਿ ਇੱਥੇ ਇੱਕ ਮੈਕਸਵੈਲ ਪਰੇਰਾ ਨੇ ਬਹਾਦਰੀ ਵਿਖਾਈ, ਚਲੋ ਆਪਣੇ ਆਪ ਕੁਛ ਕਰ ਲਿਆ। ਕਿਸੇ ਹੋਰ ਥਾਂ ਈਸਟ ਡਿਸਟ੍ਰਿਕਟ ਕੁਛ ਨਹੀਂ, ਵੈਸਟ ਡਿਸਟ੍ਰਿਕਟ ਕੱਖ ਨਹੀਂ, ਸਾਊਥ ਕੱਖ ਨਹੀਂ, ਇੱਕ ਕੰਸਿਸਟੈਂਸੀ ਨਹੀਂ ਸੀਗੀ। ਇੱਕ ਕੰਸਿਸਟੈਂਟ ਅਗਰ ਆਰਡਰ ਹੁੰਦਾ ਪੁਲਿਸ ਨੂੰ ਤਾਂ ਪੁਲਿਸ ਦੀ ਜਿਹੜੀ ਐਕਸ਼ਨ ਵੀ ਕੰਸਿਸਟੈਂਟ ਹੁੰਦੀ ਜੀ।
ਜੋ ਮੈਂ ਵੇਖਿਆ ਜੀ ਬੰਦਾ ਉਹ ਲਾਇਬ੍ਰੇਰੀ ਉਹ ਬੱਚਿਆਂ ਦੇ ਸਕੂਲ ਦੀ ਲਾਇਬ੍ਰੇਰੀ ਸੜ ਰਹੀ ਹੈ ਅਤੇ ਤੁਸੀਂ ਥਾਣੇ ਬਹਿ ਕੇ ਉਹ ਧੂੰਆਂ ਵੇਖ ਰਹੇ ਹੋ, ਅੱਗਾਂ ਵੇਖ ਰਹੇ ਹੋ, ਬਿਲਕੁਲ ਨੇੜੇ ਹੀ ਉੱਥੇ, ਅਤੇ ਕੋਈ ਐਕਸ਼ਨ ਨਹੀਂ ਸੀ, ਕੋਈ ਡਾਇਰੈਕਸ਼ਨ ਨਹੀਂ ਸੀਗਾ। ਪ੍ਰਾਈਮ ਮਿਨਿਸਟਰ ਦਾ ਕੰਮ ਸੀਗਾ ਕਿ ਇੱਕ ਫਰਮ ਡਾਇਰੈਕਸ਼ਨ ਦੇਣ ਕਿ ਇੰਟਰਵੈਂਸ਼ਨ ਹੋਣੀ ਚਾਹੀਦੀ ਹੈ। ਬੜੇ ਹੋਰ ਸੰਕੇਤ ਨੇ ਜੀ। ਵੇਦ ਮਾਰਵਾ ਨੇ ਇਨਕੁਆਇਰੀ ਕੀਤੀ ਪੁਲਿਸ ਫੇਲੀਅਰਸ ਵਿੱਚ, ਸਾਫ਼ ਗੱਲ ਸੀਗੀ ਕਿ ਇਹ ਫੇਲੀਅਰ ਸਾਰੇ ਸਾਹਮਣੇ ਆ ਰਹੇ ਨੇ, ਇਹਨਾਂ ਦੀ ਡਾਕੂਮੈਂਟ ਸੁਣੋਈ, ਐਨ ਵੇਲੇ ਇੱਕ ਆਰਡਰ ਮਿਲ ਗਿਆ ਕਿ ਇਨਕੁਆਇਰੀ ਕੈਂਸਲ ਕਰ ਦਿਓ। ਇਨਕੁਆਇਰੀ ਕਿਹਨੇ ਕੈਂਸਲ ਕਰਾਈ? ਕਿ ਜੂਨੀਅਰ ਬਿਊਰੋਕਰੈਟ ਤਾਂ ਨਹੀਂ ਕੈਂਸਲ ਕਰ ਸਕਦਾ ਨਾ, ਇਹ ਨਹੀਂ ਹੋ ਸਕਦਾ ਕਿ ਜੂਨੀਅਰ ਬਿਊਰੋਕਰੈਟ ਲੈਵਲ ਤੋਂ ਹੀ ਹੋਈ ਹੋਣੀ। ਜੂਨੀਅਰ ਬਿਊਰੋਕਰੈਟ ਕੈਂਸਲ ਕਰੇ ਤਾਂ ਇੱਕ ਦਿਨ ਪ੍ਰਧਾਨ ਮੰਤਰੀ ਅਖਬਾਰ ਖੋਲ੍ਹ ਕੇ ਵੇਖੇ ਜੀ ਇੱਕ ਇਨਕੁਆਇਰੀ ਕੈਂਸਲ ਮਾਂ ਦੀ ਅਸੈਸੀਨੇਸ਼ਨ 'ਤੇ, ਇਹ ਹੋ ਹੀ ਨਹੀਂ ਸਕਦਾ। ਅਤੇ ਬਾਅਦ ਵਿੱਚ ਪਹਿਲਾਂ ਤਾਂ ਪ੍ਰੋਟੈਕਸ਼ਨ ਨਹੀਂ ਇਨਸ਼ੋਰ ਕੀਤੀ, ਬਾਅਦ ਵਿੱਚ ਜਦ ਜਸਟਿਸ ਦੀ ਗੱਲ ਹੋਈ, ਜਦ ਲੱਗਿਆ ਕਿ ਜਸਟਿਸ ਬਿਲਕੁਲ ਨੇੜੇ, ਤੁਸੀਂ ਉਸ ਜਸਟਿਸ ਤੱਕ ਪਹੁੰਚ ਰਹੇ ਹੋ, ਉਸ ਵੇਲੇ ਉਹਨੇ ਬਿਲਕੁਲ ਅਬੋਰਟ ਕਰਤੀ ਇਨਕੁਆਇਰੀ, ਕੈਂਸਲ ਕਰਾਤੀ ਇਨਕੁਆਇਰੀ। ਕਿਉਂ ਸੰਜੇ, ਕੁਝ ਹੋਰ ਕਾਂਗਰਸ ਦੇ ਲੀਡਰਸ ਦੇ ਨਾਮ ਹੀ ਇਹਦੇ 'ਚ ਆਏ ਆ, ਜਗਦੀਸ਼ ਟਾਈਟਲਰ, ਮਾਖਨ, ਸੱਜਣ ਕੁਮਾਰ, ਐਚ ਕੇ ਐਲ ਭਗਤ, ਇਹਨਾਂ ਦੀ ਇਨਵੋਲਵਮੈਂਟ ਬਾਰੇ ਤੁਹਾਨੂੰ ਕੁਛ ਪਤਾ? ਦੇਖੋ ਜੀ, ਮੈਂ ਇਸ ਕਿਤਾਬ ਵਿੱਚ ਕੋਸ਼ਿਸ਼ ਇਹ ਕੀਤੀ ਹੈ ਕਿ ਜੋ ਮੈਂ ਆਪੇ ਵੇਖਿਆ ਹੈ, ਜੋ ਮੈਂ ਆਪੇ ਜਾਣਨਾ, ਅੱਖੀ ਦੇਖਿਆ ਹਾਲ ਜਿਹੜਾ ਹੈਗਾ ਹੈ, ਔਰ ਜਿਹੜੇ ਕ੍ਰਿਟੀਕਲ ਪੁਲਿਸ ਆਫਿਸਰਸ ਨਾਲ ਇੰਟਰਵਿਊਸ ਕਰਕੇ ਉਹਨਾਂ ਦੀ ਡਾਇਰੈਕਟ ਐਵੀਡੈਂਸ ਰਿਕਾਰਡ ਕਰਾਂ, ਜੋ ਸਪੈਸੀਫਿਕ ਲਾਅ ਉਹਦੇ ਨਾਲ ਰਿਲੇਟ ਕਰਾਂ, ਮੈਂ ਇਹ ਫੈਸਲਾ ਲਿਆ ਕਿ ਇਸ ਕਿਤਾਬ ਵਿੱਚ ਮੈਂ ਇਸ ਅਕਾਊਂਟ ਨੂੰ ਹੀਅਰ ਸੇ ਸੁਣੀ ਸੁਣਾਈ ਗੱਲ ਨਾਲ ਡਾਇਲਿਊਟ ਨਹੀਂ ਕਰਾਂਗਾ। ਸੁਣੀ ਸੁਣਾਈ ਗੱਲ ਕੀ ਸੀਗੀ, ਕਿਹਦਾ ਕੀ ਹੱਥ ਸੀਗਾ, ਇਹਦੇ ਕੀ ਰਿਸਰਚ ਹੋ ਸਕਦੀ ਹੈ, ਉਹਦੀ ਆਪਣੀ ਥਾਂ ਹੈਗੀ ਹੈ। ਤੁਸੀਂ ਲੋਕਾਂ ਨਾਲ ਗੱਲ ਕਰੋ, ਸੋਰਸਿਸ ਨਾਲ ਗੱਲ ਕਰੋ, ਦੇਖੋ ਜੀ ਟਾਈਟਲ ਕਿਰਤ ਸੀਗਾ, ਇਹ ਐਫੀਡੈਵਿਟ ਭਗਤ ਦੇ ਖਿਲਾਫ ਆਇਆ, ਫਿਰ ਕੀ ਹੋਇਆ, ਉਹਦੀ ਆਪਣੀ ਥਾਂ ਹੈਗੀ ਹੈ। ਮੇਰੀ ਕੋਸ਼ਿਸ਼ ਇਸ ਕਿਤਾਬ ਹੈ ਕਿ ਉਹੀ ਲਿਖਾਂ ਜੋ ਮੈਂ ਆਪੇ ਵੇਖਿਆ, ਜੋ ਲਾਅ ਮੇਰੇ ਸਾਹਮਣੇ ਹੈਗਾ, ਜੋ ਆਵਾਜ਼ਾਂ ਮੇਰੇ ਸਾਹਮਣੇ, ਜਿਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ, ਕੀ ਹੋਇਆ। ਕਾਂਗਰਸ ਲੀਡਰਸ ਤੋਂ ਇਲਾਵਾ ਕਿਸੇ ਹੋਰ ਪਾਰਟੀ ਦੀ ਕੋਈ ਇਨਵੋਲਵਮੈਂਟ ਤੁਹਾਨੂੰ ਨਜ਼ਰ ਆਈ? ਕਿਉਂਕਿ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਕੁਝ ਬੀਜੇਪੀ ਕਾਡਰ ਜਾਂ RSS ਕਾਡਰ ਜਿਹੜੇ ਆ, ਕੁਝ ਨੇ ਤਾਂ ਮਦਦ ਕੀਤੀ ਜਿਹੜੇ ਪੀੜਿਤ ਸੀਗੇ ਸਿੱਖ, ਕੁਝ ਸ਼ਾਇਦ ਇਨਵੋਲਵ ਵੀ ਸੀਗੇ ਉਹਨਾਂ ਦੇ ਖਿਲਾਫ ਅਟੈਕਸ? ਮੇਰੇ ਸਾਹਮਣੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ। ਓਕੇ, ਤੁਹਾਡੀ ਨੌਲੇਜ ਦੇ ਵਿੱਚ? ਮੇਰੇ ਸਾਹਮਣੇ, ਕਿਉਂਕਿ ਮੈਂ ਮੇਰੇ ਆਪੇ ਮੈਂ ਕੁਛ ਨਹੀਂ ਵੇਖਿਆ। ਉਸ ਤੋਂ ਬਾਅਦ ਜਿਹੜੇ ਇੰਨੇ ਸਿੱਖ ਰਿਫਿਊਜੀ ਬਣੇ, ਕੋਈ ਵਿਚਾਰੇ ਉਹ ਥਾਣਿਆਂ ਵਿੱਚ ਉਹ ਸ਼ੈਲਟਰ ਲਏ, ਸਕੂਲਾਂ ਵਿੱਚ ਸ਼ੈਲਟਰ ਲਏ, ਅਤੇ ਕੌਣ ਬੜੇ ਲੋਕਾਂ ਨੇ ਉਹਨਾਂ ਨੂੰ ਸਪੋਰਟ ਕੀਤੀ, ਸਾਰੇ ਸ਼ਹਿਰ ਦੇ ਲੋਕਾਂ ਨੇ ਆ ਕੇ ਸਪੋਰਟ ਕੀਤੀ, ਅਤੇ ਉੱਥੇ ਵੀ ਮੈਂ ਕਿਸੇ ਤੋਂ ਇਹ ਨਹੀਂ ਸੁਣਿਆ ਕਿ ਕਿਸੇ ਹੋਰ ਪਾਰਟੀ ਦਾ ਕੋਈ ਬੰਦਾ ਸੀਗਾ। ਉਹ ਮੇਰੀ ਕੋਈ ਪਾਰਟੀ ਸੱਕੀ ਨਹੀਂ ਹੈਗੀ, ਲੇਕਿਨ ਜੋ ਮੈਂ ਸੁਣਿਆ ਨਹੀਂ, ਉਹ ਮੈਂ ਨਹੀਂ ਕਹਿ ਸਕਦਾ। ਹੁਣ ਤੱਕ ਕਈ ਕਮੇਟੀਜ਼ ਬਣ ਚੁੱਕੀਆਂ ਵਾ, ਕਈ ਕਮਿਸ਼ਨ ਆਫ ਇਨਕੁਆਇਰੀ ਬਣ ਚੁੱਕੇ, ਹੁਣ ਇੱਕ SIT ਦਾ ਵੀ ਗਠਨ ਹੋਇਆ ਵਾ। ਤੁਹਾਨੂੰ ਲੱਗਦਾ ਵਾ ਵੀ ਹਕੀਕਤ ਦੇ ਨਜ਼ਦੀਕ ਇਹਨਾਂ ਇਨਕੁਆਇਰੀਜ਼ 'ਚੋਂ, ਕਮਿਸ਼ਨ ਆਫ ਇਨਕੁਆਇਰੀਜ਼ 'ਚੋਂ ਜਾਂ ਕਮੇਟੀਜ਼ 'ਚੋਂ ਕੋਈ ਸੀ? ਮਿਸ਼ਰਾ ਕਮਿਸ਼ਨ ਹਕੀਕਤ ਦੇ ਪੁੱਠੇ ਪਾਸੇ ਟੁਰੀ। ਓਕੇ, ਔਰ ਜਾਣ ਕੇ ਪੁੱਠੇ ਪਾਸੇ ਟੁਰੀ। ਮੈਂ ਤੁਹਾਨੂੰ ਇਗਜ਼ਾਮਪਲ ਦੇਣਾ, ਮੈਂ ਆਪਣੀ ਐਕਸਪੀਰੀਅੰਸ ਦੀ ਗੱਲ ਕਰਨਾ। ਮਿਸ਼ਰਾ ਕਮਿਸ਼ਨ ਨੂੰ ਮੈਂ ਐਫੀਡੇਵਿਟ ਦਿੱਤਾ ਰਕਾਬਗੰਜ ਗੁਰਦੁਆਰੇ ਮੈਂ ਸੀਗਾ, ਜੋ ਮੈਂ ਵੇਖਿਆ। ਮਿਸ਼ਰਾ ਮੇਰੇ ਸਾਹਮਣੇ ਬੈਠਿਆ ਉਹ ਉੱਚੇ ਸਟੂਲ 'ਤੇ, ਕਹਿੰਦੇ ਮੈਨੂੰ ਕਿ
ਤੂੰ ਆਈ ਵਿਟਨੈਸ ਪ੍ਰੋਡਿਊਸ ਕਰ ਕਿ ਤੂੰ ਰਕਾਬਗੰਜ ਸੀਗਾ, ਇੰਡੀਪੈਂਡੈਂਟ ਆਈ ਵਿਟਨੈਸ ਲੈ ਕੇ ਆ। ਅਤੇ ਇੰਨਾ ਮੈਨੂੰ ਕਾਨੂੰਨ ਦਾ ਗਿਆਨ ਨਹੀਂ ਸੀਗਾ, ਲੇਕਿਨ ਫਿਰ ਵੀ ਮੈਂ ਕਿਹਾ ਕਿ ਮੈਂ ਕੋਈ ਨਾਲ ਆਪਣੇ ਲੈ ਕੇ ਆਵਾਂਗਾ ਤਾਂ ਉਹ ਇੰਡੀਪੈਂਡੈਂਟ ਹੋ ਹੀ ਨਹੀਂ ਸਕਦਾ। ਹੁਣ ਜੀ ਜੀ ਦੂਜਾ ਇੱਕ ਰਿਪੋਰਟਰ ਜਾਂਦਾ ਹੈ, ਉਹ ਨਾਲ ਆਈ ਵਿਟਨੈਸ ਥੋੜ੍ਹੀ ਫੜ ਕੇ ਜਾਂਦਾ ਕਿਤੇ, ਓਬਵੀਅਸਲੀ ਬੜੀ ਓਬਵੀਅਸ ਗੱਲ, ਫੋਟੋਗ੍ਰਾਫਰ ਹੋ ਸਕਦਾ ਜਿਹੜੀ ਗੱਲ ਜਿਹੜੀ ਹਾਂ ਜਿਹੜੀ ਗੱਲ ਤੁਹਾਨੂੰ ਮੈਨੂੰ ਓਬਵੀਅਸ ਹੈ, ਅਸੀਂ ਲੀਗਲ ਮਾਇੰਡ ਨਹੀਂ ਹੈਗੇ, ਉਹ ਸੁਪਰੀਮ ਕੋਰਟ ਦੇ ਜੱਜ ਨੂੰ ਓਬਵੀਅਸ ਨਹੀਂ ਸੀਗੀ। ਦੂਜਾ ਕਹਿੰਦਾ ਕਿ ਜਾਂ ਤਾਂ ਇੰਡੀਅਨ ਐਕਸਪ੍ਰੈਸ ਤੋਂ ਇੱਕ ਲੋਗ ਬੁੱਕ ਲੈ ਕੇ ਆਓ ਜੋ ਸਾਬਿਤ ਕਰਦੀ ਹੈ ਤੂੰ ਇਸ ਵੇਲੇ ਇੱਥੇ ਸੀਗਾ। ਦੇਖਿਆ ਕੋਈ ਅਖਬਾਰ ਇਸ ਤਰ੍ਹਾਂ ਕੰਮ ਨਹੀਂ ਕਰਦੀ, ਯੂ ਨੋ, ਕਿਉਂਕਿ ਮੈਂ ਇਹ ਗਵਾਹ ਨਹੀਂ ਪੇਸ਼ ਕਰ ਸਕਿਆ ਕਿ ਮੈਂ ਉੱਥੇ ਗਵਾਹ ਹੈਗਾ, ਕਿਉਂਕਿ ਮੈਂ ਲੋਗ ਬੁੱਕ ਨਹੀਂ ਲਿਆ ਸਕਿਆ ਇੰਡੀਅਨ ਐਕਸਪ੍ਰੈਸ ਤੋਂ। ਤਾਂ ਜਸਟਿਸ ਮਿਸ਼ਰਾ ਦੀ ਨਜ਼ਰ ਵਿੱਚ ਮੈਂ ਪ੍ਰੂਵ ਨਹੀਂ ਕਰ ਸਕਿਆ ਕਿ ਮੈਂ ਉੱਥੇ ਸੀਗਾ, ਅਤੇ ਡਿਸਮਿਸ। ਇਹ ਮਜ਼ਾਕ ਹੋਇਆ ਜਸਟਿਸ ਦੇ ਨਾਂ 'ਤੇ। ਪਰ ਕਿਸੇ ਇਨਕੁਆਇਰੀ ਕਮਿਸ਼ਨ ਨੇ ਜਿਹੜੀ ਸੱਚਾਈ ਆ ਉਹ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ, ਉਹਦੇ ਨਜ਼ਦੀਕ ਆਇਆ ਕੋਈ? ਸੱਚਾਈ ਨੂੰ ਤਾਂ ਉਹ ਛੁਪਾ ਰਹੇ ਸੀਗੇ। ਮਿਸ਼ਰਾ ਕਮਿਸ਼ਨ ਨੇ ਸੱਚਾਈ ਨੂੰ ਛੁਪਾਇਆ। ਦੇਖੋ ਜੀ, ਬੜੀ ਓਬਵੀਅਸ ਗੱਲ ਹੈ ਕਿ ਜਿਹੜੀ ਕਿਲਿੰਗ ਹੋਈ ਹੈ ਔਰਗਨਾਈਜ਼ ਹੋਈ ਹੈ, ਔਰ ਮਿਸ਼ਰਾ ਵੀ ਇਸ ਗੱਲ ਨੂੰ ਡਿਨਾਈ ਨਹੀਂ ਕਰ ਸਕਿਆ ਕਿ ਇਹ ਔਰਗਨਾਈਜ਼ ਕਿਲਿੰਗ ਹੈ। ਲੇਕਿਨ ਪੁੱਛੋ ਤਾਂ ਉਹ ਕਹਿੰਦਾ ਜੀ ਔਰਗਨਾਈਜ਼ ਕਿਲਿੰਗ ਹੋਈ ਹੈ, ਔਰਗਨਾਈਜ਼ ਕਿੰਨੇ ਕੀਤੀ ਹੈ? ਮਿਸ਼ਰਾ ਜੇ ਸੁਪਰੀਮ ਕੋਰਟ ਦਾ ਸਿਟਿੰਗ ਜੱਜ, ਉਹਦਾ ਜਵਾਬ, ਉਹਦੀ ਰਿਪੋਰਟ ਪੜ੍ਹੋ, ਕਹਿੰਦਾ ਸੈਟਨ, ਸ਼ੈਤਾਨ ਨੇ ਔਰਗਨਾਈਜ਼ ਕੀਤੀ ਹੈ। ਇਹ ਕੋਈ ਜਵਾਬ ਹੋਇਆ? ਸ਼ੈਤਾਨ ਨੇ ਕੀਤੀ ਹੈ, ਲੋਕਾਂ ਦੇ ਵਿੱਚ ਸ਼ੈਤਾਨ ਆ ਗਿਆ ਸੀਗਾ ਤਾਂ ਇਹ ਹੋਇਆ। ਇਹ ਸੁਪਰੀਮ ਕੋਰਟ ਜੱਜ ਦੀ ਰੂਲਿੰਗ ਹੈ ਅਤੇ ਸੱਚਾਈ ਹੈ, ਹਕੀਕਤ ਹੈ ਜੀ। ਹੁਣ ਇਸ ਵੇਲੇ 31 ਸਾਲ ਹੋ ਗਏ ਇਸ ਵਾਕਿਆ ਨੂੰ, ਤੁਹਾਨੂੰ ਲੱਗਦਾ ਵਾ ਕਿ ਕਿਸੇ ਤਰੀਕੇ ਨਾਲ ਹਾਲੇ ਵੀ ਕੋਈ ਇਨਸਾਫ ਮਿਲ ਸਕਦਾ? ਮੈਨੂੰ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲ ਸਕਦੀ? ਮੈਨੂੰ ਲੱਗਦਾ ਹੈ ਕਿ ਪੂਰੇ ਤੌਰ 'ਤੇ ਸਾਰਿਆਂ ਨੂੰ ਇਨਸਾਫ ਨਹੀਂ ਮਿਲ ਸਕਦਾ, ਲੇਕਿਨ ਫਿਰ ਵੀ ਕੁਛ ਕੇਸਿਸ ਵਿੱਚ ਕੁਛ ਹੱਦ ਤੱਕ ਇਨਸਾਫ ਹੋ ਸਕਦਾ। ਦੇਖੋ ਜੀ, 3000 ਦੀ ਡੈਥ ਦੀ ਅਗਰ ਤੁਸੀਂ ਗੱਲ ਕਰਦੇ ਹੋ, ਜਿਹੜੇ ਪੁਲਿਸ FIRs ਨੇ ਉਹ ਸਿਰਫ 1400 ਨੂੰ ਕਵਰ ਕਰਦੇ ਨੇ, ਅਤੇ ਲੈਸ ਦੈਨ ਹਾਫ, ਅਤੇ ਅੱਧੇ ਤੋਂ ਜ਼ਿਆਦਾ ਡੈਥ ਤਾਂ ਉਹ ਪੁਲਿਸ FIRs ਵਿੱਚ ਕਵਰ ਹੀ ਨਹੀਂ ਹੈਗੀ ਹੈ। ਉਸ ਹੀ ਵੇਲੇ ਪੁਲਿਸ ਨੇ ਉਹ ਜਸਟਿਸ ਦੀ ਹੀ ਹੱਤਿਆ ਕਰਤੀ। ਉਹ ਜਿਹੜੇ 1400 ਕੇਸਿਸ ਵਿੱਚ ਵੀ FIRs ਕਾਫੀ ਵੀਕ ਨੇ, ਅਤੇ ਲੇਕਿਨ ਫਿਰ ਵੀ ਉਸ 1400 ਵਿੱਚ ਕੁਛ ਫਰੈਕਸ਼ਨ, ਸਬਸਟੈਂਸ਼ੀਅਲ ਫਰੈਕਸ਼ਨ ਵਿੱਚ ਹਾਲੇ ਵੀ ਕੁਛ ਲੋਕ ਜਿਹੜੇ ਹਾਲੇ ਵੀ ਜਿਉਂਦੇ ਨੇ, ਉਹਨਾਂ ਨੂੰ ਲੈ ਕੇ ਕੁਛ ਹੱਦ ਤੱਕ ਗ੍ਰਿਫਤਾਰੀਆਂ ਹੋ ਸਕਦੀਆਂ ਨੇ। ਸੋ ਸ਼ੁਰੂਆਤ ਕਿੱਥੋਂ ਹੋਣੀ ਚਾਹੀਦੀ ਹੈ? ਸ਼ੁਰੂਆਤ ਹੋਣੀ ਚਾਹੀਦੀ ਹੈ ਮੇਰੀ ਸਮਝ ਵਿੱਚ, ਜਿਹੜੀ ਸਭ ਤੋਂ ਨੇੜੇ ਆਈ ਇਨਕੁਆਇਰੀ ਹਕੀਕਤ ਦੇ, ਉਹ ਹੈ ਵੇਦ ਮਾਰਵਾ ਦੀ ਇਨਕੁਆਇਰੀ। ਵੇਦ ਮਾਰਵਾ ਨੂੰ ਤੁਸੀਂ ਅੱਜ ਆਰਡਰ ਦਿਓ ਕਿ ਤੁਸੀਂ ਨਾਲ ਆਪਣੇ ਦੋ ਅਫਸਰ ਲੈ ਅਤੇ ਇੱਕ ਮਹੀਨੇ ਦੇ ਅੰਦਰ ਪ੍ਰੋਸੀਕਿਊਸ਼ਨ ਲਾਂਚ ਕਰ। ਇਹ ਹੋ ਸਕਦਾ ਹੈ, ਕੋਈ ਕਮਿਸ਼ਨ ਦੀ ਲੋੜ ਨਹੀਂ, ਕੋਈ ਇਨਕੁਆਇਰੀ ਦੀ ਲੋੜ ਨਹੀਂ, SIT ਕੁਛ ਨਹੀਂ, ਸਭ ਕੁਛ ਰਿਕਾਰਡ ਪੁਲਿਸ ਦੇ ਹੱਥ ਵਿੱਚ ਹੈਗਾ, ਉਸ ਬੁਨਿਆਦ ਵਿੱਚ ਐਕਸ਼ਨ ਲਿਆ ਜਾ ਸਕਦਾ। ਤੁਸੀਂ ਪ੍ਰੋਸੀਕਿਊਸ਼ਨ ਆਰਡਰ ਕਰੋ, ਇੱਕ ਸਰਕਾਰ ਦੀ ਮਰਜ਼ੀ ਦੀ ਕਮੀ ਹੈ, ਇਨਕੁਆਇਰੀ ਦੀ ਕੋਈ ਕਮੀ ਨਹੀਂ ਹੋਣੀ। ਇੱਥੇ ਅਸੀਂ ਰੁਕ ਰਹੇ ਹਾਂ ਇੱਕ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਅਸੀਂ ਸੰਜੇ ਸੂਰੀ ਨਾਲ ਉਹਨਾਂ ਦੀ 1984 'ਚ ਹੋਈ ਹਿੰਸਾ ਉੱਤੇ ਨਵੀਂ ਕਿਤਾਬ ਬਾਰੇ ਗੱਲਬਾਤ ਜਾਰੀ ਰੱਖਾਂਗੇ। ਅਸੀਂ ਗੱਲ ਕਰ ਰਹੇ ਹਾਂ ਜਰਨਲਿਸਟ ਸੰਜੇ ਸੂਰੀ ਨਾਲ। ਕਿਤਾਬ ਦੇ ਵਿੱਚ ਤੁਸੀਂ ਇਹ ਵੀ ਲਿਖਿਆ ਵਾ ਕਿ ਇਹ ਜੋ ਕੁਝ ਦਿੱਲੀ 'ਚ ਹੋਇਆ 1984 'ਚ, ਉਸ ਤੋਂ ਬਾਅਦ ਤੁਹਾਨੂੰ ਦਿੱਲੀ 'ਤੇ ਸ਼ਰਮ ਆਈ ਔਰ ਪੰਜਾਬ ਉੱਤੇ ਤੁਹਾਨੂੰ ਇਸ ਤਰੀਕੇ ਦਾ ਫਖਰ ਹੋਇਆ, ਇਹਦਾ ਕੀ ਮਤਲਬ ਸੀ? ਉਹਦੇ ਪਿੱਛੇ ਇੱਕ ਵਿਜ਼ਿਟ ਸੀਗੀ,
84 ਜੂਨ ਵਿੱਚ ਮੈਂ ਜਿਵੇਂ ਬਲੂ ਸਟਾਰ ਮੁੱਕਿਆ, ਬਲੂ ਸਟਾਰ ਤੱਕ ਤੁਸੀਂ ਸਾਰਾ ਕੁਝ ਰਿਪੋਰਟ ਕੀਤਾ, ਤੁਸੀਂ ਤੁਹਾਨੂੰ ਸਭ ਤੋਂ ਪਹਿਲਾਂ ਖਬਰ ਸੀਗੀ ਕਿ ਬਲੂ ਸਟਾਰ ਹੋਣ ਵਾਲਾ। ਅਫਸੋਸ ਕਿ ਅਸੀਂ ਇੰਡੀਅਨ ਐਕਸਪ੍ਰੈਸ ਨੇ ਵੀ ਉਹ ਖਬਰ ਨਹੀਂ ਛਾਪੀ, ਬੜੀ ਅਫਸੋਸ ਦੀ ਗੱਲ ਹੈ। ਅਤੇ ਬਲੂ ਸਟਾਰ ਦਾ ਤਾਂ ਤੁਹਾਨੂੰ ਪੂਰੀ ਤਰ੍ਹਾਂ ਜਾਣਕਾਰੀ ਹੈ, ਜੋ ਮੈਨੂੰ ਲੱਗਦਾ ਕਿਸੇ ਹੋਰ ਨੂੰ ਨਹੀਂ ਸੀਗੀ। ਔਰ ਉਸ ਵੇਲੇ ਤੁਸੀਂ ਜਾਂਦੇ ਹੋ ਅਤੇ ਅੰਮ੍ਰਿਤਸਰ 'ਤੇ ਤੁਹਾਡੀ ਕੋਨਸਨਟ੍ਰੇਸ਼ਨ ਸੀਗੀ ਪਹਿਲਾਂ, ਅਤੇ ਬਲੂ ਸਟਾਰ ਅਲੱਗ ਗੁਰਦੁਆਰੇ 'ਤੇ ਵੀ ਹੋਇਆ, ਤਰਨ ਤਾਰਨ 'ਤੇ, ਮੋਗਾ 'ਤੇ। ਅਤੇ ਰਿਪੋਰਟ ਮੈਨੂੰ ਮਿਲੀ, ਮੈਂ ਉੱਥੇ ਚੈੱਕਆਊਟ ਕਰਨ ਗਿਆ ਸੀਗਾ ਮੋਗਾ, ਅਤੇ ਉੱਥੇ ਅਨਾਊਂਸਮੈਂਟ ਆਈ ਆਲ ਇੰਡੀਆ ਰੇਡੀਓ 'ਤੇ ਕਿ ਭਿੰਡਰਾਂਵਾਲੇ ਦੀ ਬੋਡੀ ਮਿਲੀ ਹੈ ਅਕਾਲ ਤਖ਼ਤ 'ਤੇ। ਅਤੇ ਸੁਣੀ ਕੋਈ ਅਫਵਾਹ, ਲੋਕਾਂ ਨੇ ਕਿਹਾ ਕਿ ਉੱਥੇ ਉਹਦਾ ਰੋਡੇ ਪਿੰਡ ਜਿਹੜਾ ਹੈਗਾ ਫਰੀਦਕੋਟ ਵਿੱਚ, ਉੱਥੇ ਬਹੁਤ ਵੱਡਾ ਕੋਈ ਦੰਗਾ ਹੋ ਰਿਹਾ। ਅਤੇ ਮੇਰੇ ਕੋਲ ਉੱਥੇ ਲੋਕਲ ਜਾਣਕਾਰੀ ਨਹੀਂ ਸੀ, ਮੈਂ ਦਿੱਲੀ ਵਿੱਚ ਸੀਗਾ। ਅਤੇ ਇੰਨੀ ਗਰਮੀ ਦੇ ਦਿਨ ਬੜੇ ਔਖੇ ਮੌਕਾ ਮੈਂ ਪਹੁੰਚਿਆ ਰੋਡੇ ਪਿੰਡ, ਅਤੇ ਇੱਕ ਵਿਚਾਰਾ ਮੁੰਡਾ ਸਿੱਖ ਸਾਈਕਲ 'ਤੇ ਮੈਨੂੰ ਬਿਠਾ ਕੇ ਲਾਇਆ ਕਾਫੀ ਡਿਸਟੈਂਸ, ਕਿ ਚੱਲ ਤੂੰ ਮੈਂ ਤੁਹਾਨੂੰ ਰਹਿ ਜਾਂਦਾ। ਫਿਰ ਬਾਕੀ ਮੈਂ ਪੈਦਲ ਚੱਲ ਕੇ ਗਿਆ। ਦੂਜਾ ਬਾਕੀ ਉੱਥੇ ਕੀ ਹੋ ਰਿਹਾ ਸੀ ਤੁਹਾਨੂੰ ਪਤਾ, ਇੱਕ ਹੈਲੀਕਾਪਟਰ ਉੱਥੇ ਜੀ ਸਰਕਲ ਕਰ ਰਿਹਾ, ਅਤੇ ਮੈਂ ਉੱਥੇ ਪਹੁੰਚਿਆ ਅਤੇ ਕਰੀਬ ਕਾਫੀ ਬੰਦੇ ਸਿੱਖ ਉੱਥੇ ਖਲੋਤੇ ਬਾਹਰ। ਸਿਚੁਏਸ਼ਨ ਵੇਖੋ, ਬਲੂ ਸਟਾਰ 'ਤੇ ਹਮਲਾ ਹੋਇਆ ਹੈ, ਅਤੇ ਲੋਕਾਂ ਦੀ ਪਰਸੈਪਸ਼ਨ ਹੈ ਕਿ ਬਈ ਇਹ ਹਿੰਦੂ ਸਰਕਾਰ ਨੇ ਕੀਤਾ ਹੈ, ਪਰਸੈਪਸ਼ਨ ਹੈਗੀ ਜੀ। ਇਹ ਭਿੰਡਰਾਂਵਾਲੇ ਦਾ ਘਰ ਹੈਗਾ, ਉੱਥੇ ਕਈ ਸਿੱਖ ਇਕੱਠੇ ਨੇ ਉਸ ਦਿਨ, ਔਰ ਇੱਕ ਸਟਰੇਂਜਰ ਮੈਂ ਉਹ ਹਿੰਦੂ ਜਿਹਾ ਬੰਦਾ ਉੱਥੇ ਆਇਆ, ਉਹਨਾਂ ਨੇ ਮੈਨੂੰ ਕਿਹਾ, ਦੋ ਬੰਦਿਆਂ ਨੇ ਕਿਹਾ ਤੂੰ ਅੰਦਰ ਆ ਘਰ ਦੇ, ਉਹਨੇ ਕਮਰੇ ਲੈ ਗਏ, ਬਿਠਾਇਆ। 5 ਮਿੰਟ ਬਾਅਦ ਆਉਂਦੇ ਨੇ ਰੋਟੀ ਲੈ ਕੇ, ਤੂੰ ਥੱਕਿਆ ਹੋਇਆ ਲੱਗਿਆ, ਤੂੰ ਰੋਟੀ ਖਾ, ਠੀਕ ਹੈ। ਦੂਜੀ ਗੱਲ ਵੇਖੋ, ਇੰਦਰਾ ਦੀ ਹੱਤਿਆ ਹੋਈ, ਦੋ ਸਿੱਖ ਪੁਲਿਸ ਗਾਰਡਸ ਨੇ ਹੱਤਿਆ ਕੀਤੀ। ਦਿੱਲੀ ਵਿੱਚ ਕੁਛ ਲੋਕਾਂ ਨੇ ਕੀ ਕਿਹਾ ਕਿ ਇਹ ਹੱਤਿਆ ਕਰਨ ਵਾਲੇ ਸਿੱਖ ਜਿਹੇ ਬੰਦੇ ਸੀਗੇ, ਇਹ ਵਿੱਚ ਨਾਲ ਜਿਹੜਾ ਬੰਦਾ ਖਲੋਤਾ ਹੈ ਸਿੱਖ ਜਿਹਾ ਬੰਦਾ, ਇਹਦਾ ਕਤਲ ਕਰ ਦਿਉ। 3,000 ਬੰਦਿਆਂ ਦਾ ਕਤਲ ਕਰਤਾ, ਖੂਨ ਦਾ ਬਦਲਾ ਖੂਨ, ਖੂਨ ਦਾ ਬਦਲਾ ਖੂਨ। ਔਰ ਜਿਹੜਾ ਰੋਡੇ ਪਿੰਡ ਵਿੱਚ ਮੇਰੀ ਐਕਸਪੀਰੀਅੰਸ, ਮੇਰਾ ਐਕਸਪੀਰੀਅੰਸ ਕੀ ਰਿਹਾ, ਇਹ ਮੇਰਾ ਐਕਸਪੀਰੀਅੰਸ ਰਿਹਾ। ਥੋੜ੍ਹੀ ਦੇਰ ਦੇ ਬਾਅਦ ਤੁਸੀਂ ਵੀ ਉੱਥੇ ਪਹੁੰਚੇ, ਤੁਸੀਂ ਵੀ ਉਹੀ ਖਬਰਾਂ ਸੁਣੀਆਂ ਸੀਗੀਆਂ ਜੀ, ਅਤੇ ਤੁਸੀਂ ਉੱਥੇ ਪਹੁੰਚੇ ਕਰਕੇ ਮੈਂ ਵੀ ਗਿਆ ਸੀ। ਬਿਲਕੁਲ ਬਿਲਕੁਲ। ਅਤੇ ਟ੍ਰੀਟਮੈਂਟ ਦੇਖੋ, ਮੇਰਾ ਕੀ ਤਜਰਬਾ ਰਿਹਾ, ਮੇਰਾ ਕੀ ਐਕਸਪੀਰੀਅੰਸ ਰਿਹਾ, ਅਤੇ ਬਾਈ ਐਸੋਸੀਏਸ਼ਨ ਐਜ਼ ਅ ਹਿੰਦੂ ਲੁਕਿੰਗ ਫੈਲੋ, ਅਤੇ ਬਾਕੀ ਸਿੱਖਾਂ ਦਾ ਕੀ ਹੋਇਆ। ਤਾਂ ਕਰਕੇ ਮੈਂ ਕਹਿੰਦਾ ਕਿ ਇੱਕ ਇੱਕ ਟ੍ਰੈਡੀਸ਼ਨ ਬਣਾਈ ਰਹੀ ਪੰਜਾਬ ਵਿੱਚ, ਇੱਕ ਇਨਸਾਨੀਅਤ ਸੀਗੀ, ਇੱਕ ਵਾਰਮਥ ਸੀਗੀ, ਅਤੇ ਪੰਜਾਬ 'ਤੇ ਬਹੁਤ ਫਖਰ ਹੋਇਆ ਮੈਨੂੰ। ਔਰ ਦਿੱਲੀ 'ਤੇ ਸ਼ਰਮ ਆਈ, ਦਿੱਲੀ ਕਹਿੰਦੇ ਸੀ ਬੜੀ ਬੜੇ ਉੱਚੇ ਲੋਕ ਆ, ਬੜੇ ਉੱਚੇ ਲੋਕ ਖਿਆਲ ਦੇ ਲੋਕ ਆ, ਅਤੇ ਉੱਚੇ ਖਿਆਲ ਦੇ ਲੋਕਾਂ ਨੇ ਸ਼ਹਿਰ ਨੇ ਕੀ ਕੀਤਾ। ਤੁਹਾਨੂੰ ਲੱਗਦਾ ਵਾ ਕਿ ਜਿਸ ਤਰ੍ਹਾਂ ਤੁਸੀਂ ਹੁਣ ਕਿਤਾਬ ਲਿਖੀ ਹੈ, ਕਾਫੀ ਕੁਝ ਚੀਜ਼ਾਂ ਬਾਹਰ ਆਈਆਂ ਵਾ, ਇਸ ਤਰ੍ਹਾਂ ਦੀਆਂ ਹੋਰ ਵੀ ਐਫਰਟਸ ਹਾਲੇ ਵੀ ਹੋਣੀ ਚਾਹੀਦੀਆਂ ਸੋ ਦੈਟ ਹਕੀਕਤ ਬਾਹਰ ਆਵੇ? ਬਿਲਕੁਲ ਹੋਣੀ ਚਾਹੀਦੀਆਂ ਨੇ, ਬਿਲਕੁਲ ਹੋਣੀ ਚਾਹੀਦੀ ਹੈ। ਮੇਰੀ ਹੋਪ ਹੈ, ਮੇਰੀ ਹੋਪ ਹੈ ਕਿ ਕਿਸੇ ਦਿਨ ਕੋਈ ਕਾਂਗਰਸ ਦਾ ਬੰਦਾ ਆ ਕੇ ਕਨਫੈਸ ਕਰੇ, ਸਵੀਕਾਰ ਕਰੇ ਕਿ ਦੇਖੋ ਜੀ ਇਹ ਗਲਤੀ ਸਾਡੇ ਤੋਂ ਹੋਈ ਹੈ, ਇਹ ਸੱਚ ਇਹ ਹੈਗਾ। ਸਾਡੇ ਇੱਥੇ ਸੰਜੇ ਕਨਫੈਸ਼ਨ ਦੀ ਰਿਵਾਇਤ ਨਹੀਂ, ਰਿਵਾਇਤ ਹੈਗੀ। ਅਫਸੋਸ, ਹਾਲੇ ਤੱਕ ਦਿੱਲੀ ਵਿੱਚ ਇੰਨੇ ਬੰਦੇ ਜਿਹਨੇ ਆਪੇ ਕਤਲ ਕੀਤਾ ਹੈ, ਖੁੱਲ੍ਹੇ ਪਰ ਰਿਸਪੈਕਟੇਬਲੀ ਉਹ ਜੀ ਰਹੇ ਨੇ,
ਕਾਂਗਰਸ ਆਈ ਦੇ ਪਾਰਟੀ ਦੇ ਬੰਦੇ ਆਉਂਦੇ, ਹਰ ਸਾਲ ਆਉਂਦੇ ਨੇ, ਸਟੂਡੀਓ ਬਹਿ ਜਾਂਦੇ ਨੇ, ਹਾਜੀ ਜੀ ਇਸ ਬੜੀ ਬਿਲ ਬੜਾ ਅੱਜ ਕੰਮ ਕੀਤਾ ਸੀ, ਕੁਝ ਗਲਤ ਨਹੀਂ ਕੀਤਾ, ਚੋਣਾਂ ਵੀ ਲੜੀਆਂ ਉਸ ਤੋਂ ਬਾਅਦ। ਬਿਲਕੁਲ ਸੰਜੇ, ਤੁਸੀਂ ਇਹ ਜੋ ਕੁਛ ਉੱਥੇ ਹੋਇਆ ਉਹਨੂੰ ਬਿਲਕੁਲ ਆਪਣੀ ਅੱਖੀਂ ਦੇਖੀ ਦੇਖਿਆ, ਅੱਖੀਂ ਦੇਖਿਆ, ਕੋਈ ਇਹੋ ਜਿਹਾ ਚਿਹਰਾ, ਕੋਈ ਇਹੋ ਜਿਹੀ ਜੋ ਤੁਸੀਂ ਚੀਜ਼ ਵੇਖੀ ਤੁਹਾਡੇ ਜ਼ਹਿਨ 'ਚ ਹਮੇਸ਼ਾ ਤੁਹਾਨੂੰ ਡਿਸਟਰਬ ਕਰਦੀ ਹੈ? ਬਹੁਤ ਕੁਛ, ਬਹੁਤ ਕੁਛ। ਕਿਸੇ ਨੇ ਕਿਹਾ 30 ਸਾਲ ਬਾਅਦ ਤੈਨੂੰ ਕੀ ਯਾਦ ਹੈ? ਪ੍ਰੋਬਲਮ ਇਹ ਹੈ ਕਿ 30 ਸਾਲ ਮੈਂ ਭੁੱਲਦਾ ਨਹੀਂ ਕੁਛ, ਪ੍ਰੋਬਲਮ ਉਹ ਹੈ। ਇੱਕ ਸੁਲਤਾਨਪੁਰੀ ਮੈਂ ਗਿਆ ਸੀਗਾ, ਗੱਡੀ ਚਲਾ ਕੇ ਗਿਆ ਸੀਗਾ ਕਿਉਂਕਿ ਕੋਈ ਡਰਾਈਵਰ ਆਉਣ ਨੂੰ ਤਿਆਰ ਨਹੀਂ ਸੀਗਾ ਸ਼ਹਿਰ 'ਚ। ਉੱਥੇ ਦੇਖਿਆ ਉਹ ਬਿਲਕੁਲ ਖਾਲੀ ਜਿਹੀ ਗਲੀ, ਉਹਦੇ ਵਿੱਚ 12-15 ਬੰਦੇ ਸਫੇਦ ਕੁੜਤੇ ਪਜਾਮੇ 'ਚ ਖਲੋਤੇ ਨੇ, ਕਾਂਗਰਸ ਆਈ ਪਾਰਟੀ ਦੇ ਬੰਦੇ, ਜੋ ਬਾਅਦ ਮੈਂ ਇਨਵੈਸਟੀਗੇਸ਼ਨ ਕਰਕੇ ਪਤਾ ਲਗਾਇਆ ਕਿ ਕਾਂਗਰਸ। ਉਹਨੇ ਕਿਹਾ ਤੁਸੀਂ ਵਾਪਸ ਜਾਓ, ਅਸੀਂ ਪ੍ਰੈਸ ਦੀ ਗੱਡੀ ਸੀਗੀ, ਤੁਸੀਂ ਵਾਪਸ ਜਾਓ, ਇੱਥੇ ਕੱਖ ਕੁਛ ਨਹੀਂ ਹੋਇਆ। ਉਹਨਾਂ ਪਿੱਛੇ ਵੇਖਿਆ ਮੈਂ ਕਿ ਬੂਹਾ ਖੁੱਲਿਆ ਹੈ ਅਤੇ ਇੱਕ ਹੱਥ ਬਾਹਰ ਨਿਕਲਿਆ ਕਿ ਇੱਥੇ ਆ। ਮੈਂ ਕਿਹਾ ਕੋਈ ਨਹੀਂ ਜੀ, ਅਸੀਂ ਮੈਂ ਗੱਡੀ ਘੁਮਾ ਕੇ ਆਉਂਦਾ। ਮੈਂ ਗੱਡੀ ਅੱਗੇ ਲੈ ਗਿਆ ਉਸ ਘਰ 'ਤੇ, ਗਿਆ ਬੂਹੇ 'ਤੇ। ਉਹ ਇੱਕ ਸਿੱਖ ਹੈਗਾ ਸੀਗਾ, ਉਹ ਵਿਚਾਰੇ ਨੇ ਆਪਣੇ ਬਾਲ ਕੱਟਤੇ ਸੀਗੇ ਆਪਣੇ ਵੱਲੋਂ ਬਚਣ ਵਾਸਤੇ, ਕਮਰਿਆ ਸੀਗਾ, ਉਹਦੀ ਅੱਖਾਂ ਨਹੀਂ ਭੁੱਲਦੀਆਂ, ਐਵੇਂ ਜਿਵੇਂ ਕਿਸੇ ਨੂੰ ਹੰਟ ਕਰ ਰਹੇ ਹੋ ਨਾ, ਪਰੇ ਨੂੰ, ਕੋਈ ਕਿਸੇ ਦਾ ਸ਼ਿਕਾਰ ਕਰ ਰਹੇ ਹੋ, ਜਿਵੇਂ ਉਹਦਾ ਸ਼ਿਕਾਰ ਹੋ ਰਿਹਾ, ਉਸ ਤਰ੍ਹਾਂ ਦੀ ਅੱਖਾਂ ਮੈਨੂੰ ਨਹੀਂ ਭੁੱਲਦੀਆਂ। ਕਹਿੰਦੇ ਮੈਨੂੰ ਦੇਖੋ ਜੀ, ਇੱਥੇ ਕਿੰਨੇ ਬੰਦੇ ਇਹਨਾਂ ਨੇ ਮਾਰਤੇ ਨੇ, ਅਤੇ ਅਗਰ ਅੱਜ ਦੀ ਸ਼ਾਮ ਹੋ ਗਈ ਅਸੀਂ ਵੀ ਨਹੀਂ ਬਚਣਾ, ਇਹਨਾਂ ਨੇ ਸਾਨੂੰ ਛੱਡਣਾ, ਕੁਛ ਕਰਨਾ। ਵਾਪਸ ਮੈਂ ਆਇਆ ਗੱਡੀ ਘੁਮਾ ਕੇ, ਉਹੀ ਬੰਦੇ ਰਸਤੇ 'ਚ ਖਲੋਤੇ ਸੀਗੇ, ਸਾਨੂੰ ਰੋਕ ਲਿਆ, ਗੱਡੀ ਰੋਕ ਲਿਆ, ਬੂਹਾ ਮੇਰਾ ਡਰਾਈਵਰ ਦਾ ਖੋਲ੍ਹਿਆ, ਮਾਰਿਆ ਮੈਨੂੰ, ਮੇਰੀ ਨੋਟਬੁੱਕ ਖਿੱਚੀ, ਪਿੱਛੇ 79 ਲੇਡੀ ਕੁਲੀਗ 79 ਯੂ ਨੋ ਹਰ ਵੈਲ, ਉਹ ਪਿਛਲੀ ਸੀਟ 'ਤੇ ਬੈਠੀ ਸੀ, ਉਹਨਾਂ ਨੇ ਉਹ ਬੂਹਾ ਖੋਲ੍ਹਿਆ, ਉਹਦਾ ਨੋਟਸ ਖਿੱਚਿਆ ਅਤੇ ਫਿਰ ਉਹਨੂੰ ਖਿੱਚਣ ਲੱਗਾ। ਉਹ ਸੀ ਮੈਂ ਗੱਡੀ ਗੇਅਰ ਵਿੱਚ ਪਾ ਕੇ ਮੈਂ ਭਜਾਈ ਉੱਥੋਂ ਜੀ, ਅਤੇ ਅਸੀਂ ਬਾਹਰ ਆ ਗਏ। ਤੁਸੀਂ ਕਹਿੰਦੇ ਹੋ ਕੀ ਨਹੀਂ ਭੁੱਲਦਾ, ਉਹ ਅੱਖਾਂ ਨਹੀਂ ਭੁੱਲਦੀਆਂ। ਮੋਹਨ ਸਿੰਘ 1 ਨਵੰਬਰ ਨੂੰ ਤ੍ਰਿਲੋਕਪੁਰੀ ਤੋਂ ਬਚ ਕੇ ਆਇਆ ਸੀਗਾ ਇੰਡੀਅਨ ਐਕਸਪ੍ਰੈਸ ਆਫਿਸ, ਪੁਲਿਸ ਹੈੱਡਕੁਆਰਟਰਸ ਨੇ ਉਹਨੂੰ ਵੜਨ ਨਹੀਂ ਦਿੱਤਾ। ਵਿਸ਼ਵਾਸ ਸੀਗਾ ਉਹਨੂੰ ਇੰਡੀਅਨ ਐਕਸਪ੍ਰੈਸ ਇੱਕ ਬੋਲਡ ਅਖਬਾਰ ਹੈ, ਕੁਛ ਕਰਨਗੇ, ਕੁਛ ਕਹਿਣਗੇ। ਉਹ ਆਇਆ ਉਸ ਦਿਨ, ਉਹ ਨਹੀਂ ਭੁੱਲਦਾ। ਇਹ 7 ਜੁਲਾਈ ਨੂੰ, ਇਸ ਜੁਲਾਈ ਨੂੰ ਇਹ ਬੁੱਕ ਲਾਂਚ ਹੋਈ। ਮੋਹਨ ਸਿੰਘ ਨੂੰ ਮੈਂ ਵਾਪਸ ਬੁਲਾਇਆ, ਮੋਹਨ ਸਿੰਘ ਉਹ ਬੁੱਕ ਲਾਂਚ 'ਤੇ ਆਇਆ। ਮੈਨੇ ਕਿਹਾ ਮੋਹਨ ਸਿੰਘ ਜੀ ਤੁਸੀਂ ਕਹੋ ਸਾਨੂੰ, ਦੱਸੋ ਕੀ ਹੋਇਆ ਅਤੇ ਕੀ ਨਹੀਂ ਹੋਇਆ। ਸਾਫ਼ ਕਹਿਤੇ ਦੇਖੋ, ਇੰਨਾ ਚਿਰ ਲੰਘ ਗਿਆ, ਸਰਕਾਰਾਂ ਆਈਆਂ ਨੇ ਗਈਆਂ ਨੇ, ਬੀਜੇਪੀ ਹੋਈ, ਕਾਂਗਰਸ ਹੋਈ, ਇਨਸਾਫ਼ ਨਹੀਂ ਮਿਲਿਆ ਸਾਨੂੰ। ਮੋਹਨ ਸਿੰਘ ਨਹੀਂ ਭੁੱਲਦਾ। ਬਹੁਤ ਦਰਦਨਾਕ ਗੱਲਾਂ ਵਾਂ, ਔਰ ਮੈਂ ਤੁਹਾਡਾ ਕੰਮ ਜਿਹੜਾ ਬਹੁਤ ਸ਼ਲਾਘਾਯੋਗ ਹੈ ਕਿ ਇੰਨੇ ਸਾਲਾਂ ਬਾਅਦ ਵੀ ਤੁਸੀਂ ਇਹ ਚੀਜ਼ਾਂ ਜਿਹੜੀਆਂ ਵਾਂ ਸਾਰੀਆਂ ਜਿਹੜੀਆਂ ਵਾ ਇਹਦੇ ਵਿੱਚ ਦਰਜ ਕੀਤੀਆਂ ਵਾ ਜੀ। ਪੰਜਾਬ ਤੁਸੀਂ ਬੜੇ ਸਾਲਾਂ ਬਾਅਦ ਹੁਣ ਐਰਕੀ ਆਏ ਜੇ, ਕੱਲ੍ਹ ਸ਼ਾਇਦ ਤੁਸੀਂ ਪੰਜਾਬ 'ਚ ਘੁੰਮੇ ਵੀ ਜੇ, ਕੀ ਬਦਲਿਆ ਪੰਜਾਬ ਦਾ? ਅਫਸੋਸ, ਮੈਨੂੰ ਨਹੀਂ ਲੱਗਦਾ ਪੰਜਾਬ ਵਿੱਚ ਡਿਵੈਲਪਮੈਂਟ ਹੋਈ ਹੈ। ਮੇਰਾ ਜਿਹੜਾ ਇੰਪ੍ਰੈਸ਼ਨ ਹੈ, ਔਰ ਇੰਪ੍ਰੈਸ਼ਨ ਕੋਈ ਛੋਟੀ ਗੱਲ ਨਹੀਂ ਹੁੰਦੀ ਜੀ, ਇੱਕ ਰਹਿਣ ਸਹਿਣ ਦਾ ਜਿਹੜਾ ਲੈਵਲ ਹੈਗਾ ਹੈ, ਜਦ ਇਕੋਨਮੀ 'ਚ ਗਰੋਥ ਹੁੰਦੀ ਹੈ, ਐਕਸਪੈਂਸ਼ਨ ਹੁੰਦੀ ਹੈ, ਕੁਛ ਖੁਸ਼ਹਾਲੀ ਆਉਂਦੀ ਹੈ, ਤਾਂ ਲੋਕ ਪਹਿਲਾਂ ਇਹੀ ਕੰਮ ਕਰਦੇ, ਥੋੜ੍ਹੀ ਆਪਣੀ ਲਾਈਫ ਸਟਾਈਲ ਵਿੱਚ ਉਹਨੂੰ ਲਿਆਉਣ, ਕਿ ਥੋੜ੍ਹਾ
ਲਿਵਿੰਗ ਸਟੈਂਡਰਡਸ ਬੈਟਰ ਹੋਣ, ਤੁਹਾਡੀ ਬਾਇੰਗ ਪਾਵਰ ਵਧੇ, ਤੁਹਾਡੇ ਲਿਵਿੰਗ ਇਨਵਾਇਰਮੈਂਟ ਵਧੇ, ਇਨਫਰਾਸਟ੍ਰਕਚਰ ਇੰਪਰੂਵ ਹੋ, ਮੈਂ ਕਵਰ ਓਨੈਸਟਲੀ ਕਹਿੰਦਾ ਆਈ ਵਾਜ਼ ਇਨ ਅ ਸਟੇਟ ਆਫ ਸ਼ੌਕ ਕਿ ਇੰਨੀ ਗੱਲ ਹੁੰਦੀ ਹੈ ਪੰਜਾਬ ਦੀ, ਪੰਜਾਬ ਹੈ ਅਤੇ ਸਰਕਾਰ ਹੈ ਅਤੇ ਉਹ ਸਰਕਾਰ ਸੀ ਇਹ ਕਰਾਂਗੇ ਉਹ ਕਰਾਂਗੇ, ਅਤੇ ਲੋਕਾਂ ਦੀ ਡਿਵੈਲਪਮੈਂਟ ਲੈਵਲ ਇੰਨੀ ਘਟੀਆ ਹੈਗੀ ਹੈ, ਇਹ ਪੰਜਾਬ ਹੈ। ਤੁਸੀਂ ਮੇਰੇ ਖਿਆਲ ਕੱਲ੍ਹ ਆਪਣੇ ਜਨਮ ਸਥਾਨ ਜਲੰਧਰ ਵੀ ਹੋ ਕੇ ਆਏ ਜੀ, ਬਿਲਕੁਲ ਉੱਥੇ ਵੀ ਉਹ ਹੀ ਹਾਲ ਵੇਖੇ। ਮੈਂ ਕਿਹਾ ਜਲੰਧਰ ਜੋ ਮੈਂ ਪਹਿਲਾਂ ਦੇਖਿਆ ਜਲੰਧਰ ਔਰ ਅੱਜ ਦੇ ਜਲੰਧਰ ਕੋਲ ਬਹੁਤ ਜ਼ਿਆਦਾ ਫਰਕ ਨਹੀਂ ਨਜ਼ਰ ਆਇਆ ਮੈਨੂੰ। ਠੀਕ ਹੈ, ਕੁਛ ਕੁਛ ਜਿਹੜੀ ਹੈਗੇ ਨੇ ਏਰੀਆਜ਼ ਵਿੱਚ ਲੋਕ ਇਹ ਵੇਖਦੇ ਨੇ, ਦੇਖੋ ਜੀ ਕਿੰਨਾ ਵੱਡਾ ਹੋਟਲ ਬਣ ਗਿਆ ਹੈ, ਰਿਸੋਰਟ ਬਣ ਗਿਆ ਹੈ, ਅੱਛਾ ਮੈਕਡੋਨਲਡ ਆ ਗਿਆ, ਹਾਂ ਤਾਂ ਕੋਈ ਦੋ ਚਾਰ BMWs ਵੀ ਆਉਂਦੀਆਂ ਜਾਂਦੀਆਂ ਨੇ, ਇਹ ਡਿਵੈਲਪਮੈਂਟ ਨਹੀਂ ਹੁੰਦੀ। ਠੀਕ ਹੈ, ਕੁਛ ਲੋਕਾਂ ਤੋਂ ਕੋਲ ਤਾਂ ਹਮੇਸ਼ਾ ਬਹੁਤ ਪੈਸਾ ਰਿਹਾ, ਉਹਨਾਂ ਦੀ ਸੰਖਿਆ ਹੁਣ ਵਧੀ ਹੈ, ਉਹਦਾ ਨੰਬਰ ਵਧਿਆ, ਲੇਕਿਨ ਆਮ ਜਿਹੜਾ ਆਦਮੀ ਹੈ ਉਹਦਾ ਲਿਵਿੰਗ ਸਟੈਂਡਰਡ ਮੈਨੂੰ ਨਹੀਂ ਲੱਗਿਆ ਵਧਿਆ ਹੈ, ਮੈਨੂੰ ਨਹੀਂ ਲੱਗਦਾ। ਬਲਕਿ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਲੈਂਡ ਹੁਣ 2-3 ਜਨਰੇਸ਼ਨ ਲੰਘੇ ਨੇ ਤਾਂ ਤੋਂ ਲੈਂਡ ਡਿਵਾਈਡ ਹੋ ਗਈ ਹੋਣੀ ਹੈ, ਅਤੇ ਉੱਥੇ ਕੰਮ ਬਹੁਤ ਨਹੀਂ ਵਧਿਆ। ਜਿਹੜੇ ਲਾਈਫ ਸਟਾਈਲ ਲਿਵਿੰਗ ਸਟੈਂਡਰਡ ਨੇ ਮੈਂ ਦੇਖ ਕੇ ਤਕਲੀਫ ਹੋਈ ਹੈ, ਬਹੁਤ ਤਕਲੀਫ ਹੋਈ ਹੈ ਕਿ ਅਸੀਂ ਇੱਕ ਇਮੇਜ ਹੁੰਦੀ ਹੈ ਜੀ ਪੰਜਾਬ ਵਿੱਚ ਖੁਸ਼ਹਾਲੀ ਹੈ, ਕੋਈ ਖੁਸ਼ਹਾਲੀ ਨਹੀਂ ਨਜ਼ਰ ਆਈ ਮੈਨੂੰ ਜੀ। ਸੰਜੇ ਗੱਲਾਂ ਤੇ ਹੋਰ ਵੀ ਬਹੁਤ ਕਰਨ ਨੂੰ ਪਰ ਹੁਣ ਸਮਾਂ ਹੈ ਨਹੀਂ। ਥੈਂਕ ਯੂ ਵੈਰੀ ਮਚ, ਬਹੁਤ ਧੰਨਵਾਦ। ਥੈਂਕ ਯੂ ਕਵਰ, ਸਟੂਡੀਓ ਆਏ, ਆਲਵੇਜ਼ ਗ੍ਰੇਟ ਟੂ ਟਾਕ ਟੂ ਯੂ। ਥੈਂਕ ਯੂ। ਇਹ ਸਨ ਲੇਖਕ ਸੰਜੇ ਸੂਰੀ ਜੋ ਆਪਣੀ 1984 ਉੱਤੇ ਕਿਤਾਬ ਬਾਰੇ ਗੱਲ ਕਰ ਰਹੇ ਸਨ। ਉਹਨਾਂ ਦਾ ਸਿੱਖਾਂ ਖਿਲਾਫ ਹਿੰਸਾ ਦਾ ਵੇਰਵਾ, ਉਸ ਵੇਲੇ ਦੀ ਹਕੀਕਤ ਦਰਸਾਉਣ ਦੇ ਨਾਲ ਨਾਲ ਦਰਿੰਦਗੀ ਦਾ ਵਹਿਸ਼ਿਆਨਾ ਪਹਿਲੂ ਵੀ ਉਜਾਗਰ ਕਰਦਾ ਹੈ। ਕਾਸ਼ ਇਸ ਜਰਨਲਿਸਟ ਵਰਗੇ ਹੋਰ ਲੋਕ ਵੀ ਆਪਣਾ ਫਰਜ਼ ਇਸੇ ਤਰ੍ਹਾਂ ਨਿਭਾ ਕੇ ਮੁਲਕ ਦੇ ਲੋਕਤੰਤਰ ਦੀ ਰਵਾਇਤਾਂ ਨੂੰ ਕਾਇਮ ਰੱਖਦੇ, ਤਾਂ ਕਿ ਇਸ ਮੁਲਕ ਦੇ ਕਿਸੇ ਵੀ ਬਸ਼ਿੰਦੇ ਨੂੰ 31 ਸਾਲਾਂ ਤੋਂ ਇਨਸਾਫ ਦੀ ਉਡੀਕ ਨਾ ਕਰਨੀ ਪੈਂਦੀ। ਧੰਨਵਾਦ।